ਮਿੱਤਰਾਂ ਪਿਆਰਿਆਂ ਨੂੰ ਚੰਨ ਅਤੇ ਸਿਤਾਰਿਆਂ ਨੂੰ ਅਤੇ ਜਸ ਪੰਜਾਬੀ ਦੇਖਣ ਵਾਲੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਜਗਤਾਰ ਸਿੰਘ ਜੱਗੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਰਦਾਸ, ਸਲਾਮ, ਹੈਲੋ ਹੈ ਅਤੇ ਨਾਲ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਜੀ ਅੱਜ ਦੇ ਲਾਈਵ ਸ਼ੋਅ ਦੇ ਵਿੱਚ। 6 ਤਰੀਕ ਜਿਵੇਂ ਜਿਵੇਂ ਨੇੜੇ ਆ ਰਹੀ ਆ, ਤੋ ਜਿਵੇਂ ਵੋਟਾਂ ਵੇਲੇ ਮਨਮੋਹਨ ਸਿੰਘ ਦਾ ਦਿਲ ਤੱਕ ਤੱਕ ਕਰਦਾ ਸੀ ਜਾਂ ਹੁਣ ਮੋਦੀ ਦਾ ਦਿਲ ਤੱਕ ਤੱਕ ਕਰਦਾ ਸੀ, ਕੇਜਰੀਵਾਲ ਦਾ ਦਿਲ ਤੱਕ ਤੱਕ ਕਰਦਾ ਸੀ, ਸੋ ਉਵੇਂ ਹੀ ਸਾਡਾ ਜਿਹੜਾ ਦਿਲ ਹੈ ਧੱਕ ਧੱਕ ਕਰਨੇ ਲੱਗਾ। ਅਤੇ 6 ਤਰੀਕ ਜਿਹੜੀ ਹੈ 6 ਮਾਰਚ ਹੀ ਸਾਡੀ ਸਟੂਡੀਓ ਦੀ ਗ੍ਰੈਂਡ ਓਪਨਿੰਗ ਹੈਗੀ ਆ। ਸਾਡੀ ਸਾਰੀ ਟੀਮ ਨੂੰ ਬਹੁਤ ਜ਼ਿਆਦਾ ਚਾਅ ਹੈਗਾ, ਚਾਅ ਦਾ ਕਾਰਨ ਇੱਕ ਇਹ ਵੀ ਹੈਗਾ ਕਿ ਤੁਹਾਡਾ ਸਭ ਦਾ ਬਹੁਤ 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 ਜ਼ਿਆਦਾ ਆਸ਼ੀਰਵਾਦ ਅਤੇ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ। ਸੋ ਜ਼ਰੂਰ 6 ਮਾਰਚ ਦੀ ਗ੍ਰੈਂਡ ਓਪਨਿੰਗ ਲੈਥਰੋਪ ਦੇ ਵਿੱਚ ਸਾਡਾ ਜਿਹੜਾ ਸਟੂਡੀਓ ਬਣਿਆ ਉਹਦੇ ਵਿੱਚ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ। ਅਸੀਂ ਬੇਨਤੀ ਕੀਤੀ, ਸਾਨੂੰ ਬਹੁਤ ਸਾਰੀਆਂ ਕਾਲਾਂ ਆਉਂਦੀਆਂ ਨੇ ਮੇਰੇ ਸੈੱਲ ਦੇ ਉੱਪਰ, ਟੈਕਸਟ ਮੈਸੇਜ ਤੁਹਾਡੇ ਆਉਂਦੇ ਨੇ ਕਿ ਅਸੀਂ ਆਉਣਾ ਚਾਹੁੰਦੇ ਹਾਂ, ਤਾਂ ਮੈਂ ਉਹਨਾਂ ਨੂੰ ਬਕਾਇਦਾ ਵਾਪਸ ਫਿਰ ਜਵਾਬ ਕਰਦਾ ਜੀ, ਜ਼ਰੂਰ ਯੂ ਆਰ ਵੈਲਕਮ। ਅਤੇ ਨਾਲ ਦੀ ਨਾਲ ਅਸੀਂ ਨੋਟ ਕਰ ਲਈਦਾ ਉਹਨਾਂ ਦਾ ਨਾਮ ਅਤੇ ਫੋਨ ਨੰਬਰ ਵੀ, ਇਹ ਸਾਡੇ ਗੈਸਟ ਆ ਰਹੇ ਆ। ਇਹਦਾ ਕਾਰਨ ਇਹ ਹੈ ਕਿ ਇੱਕ ਅੱਜ ਕੱਲ੍ਹ ਰਿਵਾਜ਼ ਚੱਲਿਆ ਹੋਇਆ, ਵਿਆਹਾਂ ਦੇ ਵਿੱਚ ਵੀ ਇਹ ਰਿਵਾਜ਼ ਚੱਲਿਆ ਹੋਇਆ, ਜਦੋਂ ਕੋਈ ਕਾਰਡ ਭੇਜਦਾ ਅਤੇ ਨਾਲ ਦੀ ਨਾਲ ਉਹ ਕਹਿੰਦੇ ਜੀ ਕਨਫਰਮੇਸ਼ਨ ਜ਼ਰੂਰ ਭੇਜੋ। ਕਨਫਰਮੇਸ਼ਨ ਤੋਂ ਭਾਵ ਕਿ ਕਿੰਨੇ ਬੰਦੇ ਆ ਰਹੇ ਹੋ, ਕਿੰਨੇ ਦਿਨ ਸਾਡੇ ਕੋਲ ਰੁਕੋਗੇ, ਅਤੇ ਕੀ ਹੋਟਲ ਤੁਹਾਨੂੰ ਚਾਹੀਦਾ ਕਿ ਤੁਸੀਂ ਆਪਣਾ ਕਰਨਾ, ਇਹ ਸਾਰਾ ਕੁਝ ਤੁਸੀਂ ਵਾਪਸ ਈਮੇਲ ਦੇ ਵਿੱਚ ਲਿਖ ਕੇ ਭੇਜੋ। ਅਤੇ ਤਾਂ ਅੱਜ ਕੱਲ੍ਹ ਗੱਲ ਅੱਗੇ ਵੱਧਦੀ ਹੈ। ਪਹਿਲਾਂ ਵਾਲਾ ਹਿਸਾਬ ਕਿਤਾਬ ਜਿਹੜਾ ਉਹ ਹੁਣ ਬਦਲ ਗਿਆ। ਪਹਿਲਾਂ ਵਿਆਹਾਂ ਦੇ ਵਿੱਚ ਮੇਲ ਜਾਂਦੇ ਸੀ, ਪੂਰੀਆਂ ਟੈਂਪੂ ਭਰ ਕੇ, ਗੱਡੇ ਭਰ ਕੇ, ਅਤੇ ਉੱਥੇ ਕੋਈ ਗਿਣਤੀ ਨਹੀਂ ਸੀ ਹੁੰਦੀ ਅਤੇ ਕੋਈ ਹਿਸਾਬ ਕਿਤਾਬ ਨਹੀਂ ਸੀ ਹੁੰਦਾ ਕਿ ਕਿੰਨਾ ਕੁ ਮੇਲ ਆਇਆ ਅਤੇ ਕਿੰਨੇ ਕੁ ਪ੍ਰਾਹੁਣੇ ਆਏ ਅਤੇ ਕਿੰਨੇ ਕੁ ਚਲੇ ਗਏ। ਉਹ ਸਮਾਂ ਹੋਰ ਸੀ, ਕਿਉਂਕਿ ਉਦੋਂ ਫਿਰ ਗਵਾਂਢੀਆਂ ਦੇ ਨਾਲ ਦੀ ਨਾਲ ਕਮਰੇ 2-4 ਖਾਲੀ ਕਰਾ ਲਏ ਜਾਂਦੇ ਸੀਗੇ, ਜਾਂ ਫਿਰ ਭੁੰਜੇ ਹੀ ਤੁਹਾਨੂੰ ਪਤਾ ਰਜਾਈਆਂ ਤਲਾਈਆਂ ਸਿੱਟ ਕੇ, ਜੇ ਗਰਮੀਆਂ ਹੋਣ ਤਾਂ ਵਿਹੜੇ ਦੇ ਵਿੱਚ ਹੀ, ਅਤੇ ਜੇ ਸਰਦੀਆਂ ਹੋਣ ਤਾਂ ਅੰਡਰ ਬਰਾਂਡਿਆਂ ਦੇ ਵਿੱਚ, ਜਾਂ ਫਿਰ ਕਮਰਿਆਂ 'ਚ ਰਜਾਈਆਂ ਸਿੱਟ ਕੇ ਤਾਂ ਉੱਥੇ ਹੀ ਪ੍ਰਾਹੁਣੇ ਪੈ ਜਾਂਦੇ ਸੀ। ਤਾਂ ਉਹ ਵੱਖਰੀ ਗੱਲ ਪਤਾ ਹੁੰਦਾ ਸੀ ਵੀ ਇਸ ਕਮਰੇ 'ਚ ਫਲਾਨੇ ਪਿੰਡ ਵਾਲੇ ਪ੍ਰਾਹੁਣੇ, ਇਸ ਕਮਰੇ 'ਚ ਭੂਆ ਆ, ਇਸ ਕਮਰੇ 'ਚ ਨਾਨਕੇ ਆ, ਇਸ ਕਮਰੇ 'ਚ ਫਲਾਨਾ ਅਤੇ ਇਸ ਕਮਰੇ 'ਚ ਧੀਕੜਾ। ਸੋ ਹੁਣ ਸਮਾਂ ਜਿਵੇਂ ਜਿਵੇਂ ਚੇਂਜ ਹੋਇਆ ਉਵੇਂ ਉਵੇਂ ਸਾਰਾ ਕੁਝ ਚੇਂਜ ਹੋਈ ਜਾਂਦਾ। ਸੋ ਇਸ ਕਰਕੇ ਅਸੀਂ ਵੀ ਇਹ ਬੇਨਤੀ ਕਰਦੇ ਹਾਂ ਵੀ ਤੁਸੀਂ ਜਿਨ੍ਹਾਂ ਨੇ ਆਉਣਾ ਚਾਹੁੰਦੇ ਹੋ, ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ, ਸਾਡੀਆਂ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ, ਵੈਸੇ ਤਾਂ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਹੋ, ਅਮੈਰੀਕਾ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ, ਕੈਨੇਡਾ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ, ਤਾਂ ਤੁਹਾਡਾ ਪਿਆਰ, ਤੁਹਾਡਾ ਆਸ਼ੀਰਵਾਦ ਹਮੇਸ਼ਾ ਸਾਡੇ ਨਾਲ ਹੈਗਾ। ਤੁਸੀਂ ਆਪਣੀਆਂ ਭਾਵਨਾਵਾਂ ਸਾਨੂੰ ਈਮੇਲ ਰਾਹੀਂ, ਸਾਨੂੰ ਫੋਨ ਰਾਹੀਂ, ਜਾਂ ਫਿਰ ਸਾਨੂੰ ਕਿਸੇ ਨਾ ਕਿਸੇ ਟੈਕਸਟ ਮੈਸੇਜ ਰਾਹੀਂ ਜ਼ਰੂਰ ਭੇਜਦੇ ਰਹਿੰਦੇ ਹੋ। ਅਤੇ ਆਪਾਂ ਹੁਣ ਗੱਲ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੇ। ਪ੍ਰੋਗਰਾਮ ਦੇ ਵਿੱਚ ਜੇ ਇੱਕ ਵੱਖਰੀ ਜੀ ਗੱਲ ਮੈਂ ਲੈ ਕੇ ਆਉਣੀ, ਚਲੋ ਵੱਖਰੀ ਤਾਂ ਖੈਰ ਨਹੀਂ ਹੈਗੀ ਗੱਲ, ਵੱਖਰੀ ਤਾਂ ਕੀ ਹੋ ਸਕਦੀ ਪੰਜਾਬ ਦੀ ਗੱਲ, ਪੰਜਾਬ ਦੀਆਂ ਤਕਰੀਬਨ ਉਹੀ ਗੱਲਾਂ ਨੇ, ਉਹੀ ਖਬਰਾਂ ਹੁੰਦੀਆਂ ਪੰਜਾਬ ਦੀਆਂ ਤਕਰੀਬਨ ਜੇ ਦੇਖ ਲਓ, TV ਦੇਖ ਲਓ, ਚਾਹੇ ਅਖਬਾਰਾਂ ਪੜ੍ਹ ਲਓ, ਉਹੀ ਖਬਰਾਂ ਹੁੰਦੀਆਂ। ਫਲਾਨੇ ਘਰ 'ਚੋਂ 7 ਫੁੱਟ ਦਾ ਲੰਬਾ ਕੋਬਰਾ ਨਿਕਲਿਆ, ਫਲਾਨੇ ਘਰ ਦੇ ਵਿੱਚੋਂ ਇਹ ਚੀਜ਼ ਨਿਕਲੀ, ਠੀਕ ਹੈ ਜੀ, ਫਲਾਨੀ ਜਗ੍ਹਾ ਰੇਲ ਪਲਟ ਗਈ, ਫਲਾਨੀ ਜਗ੍ਹਾ ਬਲਾਤਕਾਰ ਹੋ ਗਿਆ, ਅਤੇ ਫਲਾਨੀ ਜਗ੍ਹਾ ਮੱਝ ਨੇ 7 ਲੱਤਾਂ ਵਾਲੇ ਕੱਟੇ ਨੂੰ ਜਨਮ ਦਿੱਤਾ। ਇਹੋ ਜਿਹੀਆਂ ਅਕਸਰ ਖਬਰਾਂ ਹੁੰਦੀਆਂ, ਕਦੇ ਇਹ ਖਬਰ ਨਹੀਂ ਮਿਲਦੀ ਵੀ ਫਲਾਨੀ ਜਗ੍ਹਾ ਫਲਾਨੇ ਪਿੰਡ ਤੋਂ ਪੰਜਾਬ ਦੇ ਸੋਨਿਆਂ ਦੀ ਖਾਣ ਨਿਕਲੀ ਜਾਂ ਹੀਰੇ ਦੀ ਖਾਣ ਨਿਕਲੀ ਹੈ। ਬਾਹਰਲੇ ਮੁਲਕਾਂ ਦੇ ਵਿੱਚ ਇਹ ਹੁੰਦੀਆਂ ਚੀਜ਼ਾਂ, ਖੈਰ ਪੰਜਾਬ ਦੀਆਂ ਖਬਰਾਂ ਦੀ ਆਪਾਂ ਜਦੋਂ ਗੱਲ ਕਰੀ ਦੀ ਹੈ ਤਾਂ ਖਬਰਾਂ ਤਕਰੀਬਨ ਉਹੋ ਹੀ ਹੁੰਦੀਆਂ, 35 ਅੱਖਰਾਂ ਦੇ ਵਿੱਚੋਂ, ਊੜੇ ਆੜੇ ਦੇ ਵਿੱਚੋਂ ਗੱਲਬਾਤ ਤੁਹਾਡੇ ਨਾਲ ਕਰਨ ਦੀ ਕੋਸ਼ਿਸ਼ ਕਰੀ ਦੀ ਹੈ। ਪਰ ਅੱਜ ਮੈਂ ਜਿਸ ਵਿਸ਼ੇ 'ਤੇ ਗੱਲ ਕਰਨੀ ਚਾਹੁੰਦਾ, ਬਹੁਤ ਵਾਰੀ ਉਸ ਵਿਸ਼ੇ 'ਤੇ ਗੱਲ ਕੀਤੀ ਹੋਊਗੀ, ਪਰ ਅੱਜ ਥੋੜ੍ਹਾ ਜਿਹਾ ਵਿਸ਼ਾ ਵੱਖਰਾ ਹੋ ਸਕਦਾ ਹੈ। ਇੱਕ ਪੰਜਾਬੀ ਦਾ ਸ਼ਬਦ ਹੈ 2 ਅੱਖਰਾਂ ਦਾ, ਨਸ਼ਾ। ਨਸ਼ਾ ਇੱਕ ਐਸਾ ਸ਼ਬਦ ਹੈ ਜਿਹਦਾ ਸਾਰੇ ਹੀ ਇਹ ਮਾਂ ਬਾਪ ਖਾਸ ਤੌਰ 'ਤੇ ਰੱਬ ਅੱਗੇ ਅਰਦਾਸ ਕਰਦੇ ਨੇ, ਸਾਰੇ ਕੋਸ਼ਿਸ਼ ਵੀ ਕਰਦੇ ਨੇ ਕਿ ਨਸ਼ਿਆਂ ਤੋਂ ਬਚ ਕੇ ਰਹੀਏ, ਪਰ ਨਸ਼ਿਆਂ ਤੋਂ ਨਹੀਂ ਬਚ ਹੁੰਦਾ, ਜਿਹੜੇ ਨਹੀਂ ਬਚਦੇ ਨਹੀਂ ਬਚਦੇ। ਪਹਿਲੀ ਗੱਲ ਪੁਰਾਣੇ ਸਮਿਆਂ ਦੀ ਕਰੀਏ ਤਾਂ ਪੁਰਾਣੇ ਸਮੇਂ ਦੇ ਨਸ਼ੇ ਜਿਹੜੇ ਆ 2-3-4 ਹੀ ਗਿਣੇ ਜਾਂਦੇ ਸੀ ਵੀ ਆਹ ਨਸ਼ਾ, ਆਹ ਨਸ਼ਾ, ਆਹ ਨਸ਼ਾ, ਆਹ ਨਸ਼ਾ ਫਲਾਨਾ, ਆਹ ਨਸ਼ਾ ਫਲਾਨਾ। ਪਰ ਅੱਜ ਦੀ ਨਸ਼ਿਆਂ ਦੀ ਗੱਲ ਕਰੀਏ ਤਾਂ ਅੱਜ ਨਸ਼ਿਆਂ ਦੀਆਂ ਜਿਹੜੀਆਂ ਨਸਲਾਂ ਨੇ ਉਹ ਚੇਂਜ ਹੋ ਚੁੱਕੀਆਂ ਨੇ। ਪਹਿਲੇ ਸਮਿਆਂ ਦੇ ਵਿੱਚ ਜਿਵੇਂ ਅਫੀਮ ਜਾਂ ਡੋਡਿਆਂ ਨੂੰ ਨਸ਼ਾ ਸਮਝਿਆ ਜਾਂਦਾ ਸੀਗਾ, ਉਸ ਤੋਂ ਬਾਅਦ ਗੱਲ ਕਰੀਏ ਸ਼ਰਾਬ ਵੀ ਇੱਕ ਨਸ਼ੇ ਦੇ ਵਿੱਚ ਆ ਗਈ, ਉਸ ਤੋਂ ਬਾਅਦ ਗੱਲ ਕਰੀਏ ਤਾਂ ਨਸ਼ਾ ਜਿਹੜਾ ਆਪਣਾ ਉਹ ਬਦਲ ਗਿਆ, ਜਿਵੇਂ ਕਹਿੰਦੇ ਬਾਕੀ ਸਾਰਾ ਕੁਝ ਡਿਜੀਟਲ ਹੋ ਗਿਆ, ਕੋਈ 4G ਹੋ ਗਿਆ ਅਤੇ ਕੋਈ 5G ਹੋ ਗਿਆ, ਇਸੇ ਤਰ੍ਹਾਂ ਨਸ਼ਾ ਵੀ ਪਤਾ ਨਹੀਂ ਕਿੰਨੇ G ਹੋ ਗਿਆ।
ਐਸਾ ਜੀ ਹੋਇਆ ਐਸਾ ਜੀ ਹੋਇਆ ਤਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਹਨੇ ਉਹ ਸੱਤਿਆਨਾਸ ਕੀਤਾ ਜਿਹਦਾ ਹਿਸਾਬ ਕੋਈ ਨਹੀਂ। ਜਿਵੇਂ ਸਿਆਣੇ ਕਹਿੰਦੇ ਵੀ ਨਸ਼ਾ ਕੋਈ ਵੀ ਮਾੜਾ, ਅਤੇ ਅੱਜ ਕੱਲ੍ਹ ਦੇ ਨਸ਼ਿਆਂ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਹੋਰ ਨਸ਼ੇ ਜਿਹੜੇ ਹੈਗੇ ਨੇ ਇਹਨਾਂ ਨਸ਼ਿਆਂ ਤੋਂ ਸਿਵਾ ਉਹ ਵੀ ਬੜੀਆਂ ਬਿਮਾਰੀਆਂ ਫੈਲਾ ਰਹੇ ਨੇ, ਬੜੀਆਂ ਬਿਮਾਰੀਆਂ ਪੈਦਾ ਕਰ ਰਹੇ ਨੇ। ਨਸ਼ਾ ਇਕੱਲਾ ਇਹਨਾਂ ਨਸ਼ਿਆਂ ਦਾ ਨਹੀਂ ਹੈਗਾ, ਨਸ਼ਾ ਅੱਜ ਕੱਲ੍ਹ ਜਿਹੜਾ ਸਭ ਤੋਂ ਵੱਧ ਨਸ਼ਾ, ਜਿਹੜੇ ਬਿਲਕੁਲ ਕੋਈ ਨਸ਼ਾ ਨਹੀਂ ਕਰਦੇ, ਜਿਨ੍ਹਾਂ ਨੇ ਕਦੀ ਕਿਸੇ ਨਸ਼ੇ ਨੂੰ ਚੱਕ ਕੇ ਵੀ ਨਹੀਂ ਦੇਖਿਆ, ਉਹਨਾਂ ਨੂੰ ਉਸ ਚੀਜ਼ ਦਾ ਸਭ ਤੋਂ ਵੱਧ ਨਸ਼ਾ ਔਰ ਸਭ ਤੋਂ ਵੱਧ ਖਤਰਨਾਕ ਉਹ ਹੈ ਮੋਬਾਈਲ ਫੋਨ ਦਾ ਨਸ਼ਾ। ਫੋਨ ਵੀ ਇੱਕ ਨਸ਼ੇ ਦੀ ਤਰ੍ਹਾਂ ਅੱਜ ਕੱਲ੍ਹ ਹੋ ਗਿਆ, ਸਾਇੰਸਦਾਨਾਂ ਨੇ ਸਿੱਧ ਕਰਤਾ ਵੀ ਫੋਨ ਵੀ ਇੱਕ ਨਸ਼ਾ ਹੋ ਗਿਆ। ਇਹ ਦੋ ਚੀਜ਼ਾਂ ਹੈ ਤਾਂ ਨੇੜੇ ਤੇੜੇ ਭੈਣ ਭਰਾ ਹੀ ਆ, ਪਰ ਹੈਗੀਆਂ ਥੋੜ੍ਹੀਆਂ ਥੋੜ੍ਹੀਆਂ ਦੂਰ, ਥੋੜ੍ਹੀ ਥੋੜ੍ਹੀ ਵੱਖਰੀਆਂ ਨੇ। ਨਸ਼ੇ ਦਾ ਬਹੁਤ ਜ਼ਿਆਦਾ ਨੁਕਸਾਨ ਆ, ਇਹਦਾ ਓਨਾ ਨੁਕਸਾਨ ਨਹੀਂ, ਉਹਨੂੰ ਅਸੀਂ ਕਹਿ ਦਿੰਦੇ ਹਾਂ ਭੁਸ ਜਾਂ ਚਸਕਾ। ਭੁਸ ਕਿਸੇ ਚੀਜ਼ ਦਾ, ਆਦਤ ਕਿਸੇ ਚੀਜ਼ ਦੀ, ਚਸਕਾ ਕਿਸੇ ਚੀਜ਼ ਦਾ, ਉਹ ਵੀ ਨਸ਼ੇ ਜਿੰਨਾ ਹੀ ਕੰਮ ਕਰਦਾ, ਪਰ ਓਨਾ ਘਾਤਕ ਅਸੀਂ ਇਹਨੂੰ ਨਹੀਂ ਕਹਿ ਸਕਦੇ। ਪਹਿਲੇ ਸਮਿਆਂ ਵਿੱਚ ਤਾਸ਼ ਦਾ ਨਸ਼ਾ ਹੁੰਦਾ ਸੀ, ਤਾਸ਼ ਦਾ ਭੁਸ, ਤਾਸ਼ ਦਾ ਐਸੀ ਕੇਟਕ ਲੱਗਦੀ ਸੀਗੀ ਉਹ, ਜਿਵੇਂ ਪਹਿਲਾਂ ਕਈ ਵਾਰੀ ਗੱਲ ਕੀਤੀ ਹੈ ਵੀ ਕੋਈ ਬੰਦਾ ਤਾਸ਼ ਖੇਡਦਾ ਸੀ ਸੱਤ ਦੇ ਵਿੱਚ ਪਿੰਡ ਦੇ ਵਿੱਚ, ਅਤੇ ਘਰੋਂ ਸੁਨੇਹਾ ਆਇਆ ਵੀ ਆਪਣੀ ਮਾਤਾ ਜੀ ਜ਼ਿਆਦਾ ਢਿੱਲੇ ਹੋ ਗਏ ਵੀ ਤੁਸੀਂ ਆ ਜਾਓ, ਕਹਿੰਦਾ ਚੱਲ ਪੁੱਤ ਤੁਸੀਂ ਦਵਾਈ ਦਵੂਈ ਦਿਓ ਤਾਂ ਮੈਂ ਆਹ ਬਾਜੀ ਲਾ ਕੇ ਆਇਆ। ਝਟਕ ਦੀ ਫੇਰ ਆ ਗਿਆ, ਅੱਧੇ ਘੰਟੇ ਬਾਅਦ ਮੁੰਡਾ ਫੇਰ ਆ ਗਿਆ ਵੀ ਤਾਇਆ ਜੀ ਆ ਜਾਓ, ਦਾਦੀ ਜੀ ਤਾਂ ਜ਼ਿਆਦਾ ਢਿੱਲੇ ਹੋ ਗਏ, ਉਹਨਾਂ ਨੂੰ ਦੇਖੋ ਆ ਕੇ ਡਾਕਟਰ ਲਿਜਾਣਾ ਪੈਣਾ। ਕਹਿੰਦਾ ਪੁੱਤ ਤੁਸੀਂ ਐਂ ਕਰੋ, ਮੈਂ ਬਸ ਆਹ ਬਾਜੀ ਲਾ ਕੇ ਆਇਆ। ਬਾਜੀ ਲਾਉਂਦੇ ਲਾਉਂਦੇ ਸੁਨੇਹਾ ਆ ਗਿਆ ਜੀ ਦਾਦੀ ਜੀ ਚੜ੍ਹਾਈ ਕਰ ਗਏ ਨੇ। ਫਿਰ ਮੁੰਡਾ ਆਇਆ ਵੀ ਦਾਦੀ ਜੀ ਚੜ੍ਹਾਈ ਕਰ ਗਏ ਤਾਂ ਆ ਜਾਓ, ਤਾਂ ਕਹਿੰਦਾ ਵੀ ਮੈਂ, ਤਾਇਆ ਜੀ ਕਹਿੰਦੇ ਮੁੰਡੇ ਦੇ ਵੀ ਆਇਆ ਮੈਂ ਬਸ ਆਹ ਬਾਜੀ ਲਾ ਕੇ, ਅਤੇ ਫਿਰ ਉਹ ਆਏ ਵੀ ਨਹਾਈ ਧੋਈ ਤੁਸੀਂ ਕਰੋ, ਕਹਿੰਦਾ ਮੈਂ ਆਇਆ, ਅਤੇ ਉਦੋਂ ਬਾਅਦ ਉਹ ਫਿਰ ਆਇਆ ਵੀ ਨਹਾਈ ਧੋਈ ਵੀ ਹੋ ਗਈ ਲੈ ਕੇ ਜਾਣਾ, ਤਾਂ ਉਹ ਕਹਿੰਦਾ ਵੀ ਤੁਸੀਂ ਐਂ ਕਰੋ ਮੇਰੀ ਆ ਬਾਜੀ ਮੁੱਕਣ ਵਾਲੀ ਆ, ਤੁਸੀਂ ਮਾਤਾ ਨੂੰ ਲੈ ਆਓ ਤਾਂ ਮੈਂ ਇੱਥੋਂ ਨਾਲ ਰੱਜ ਜੂੰਗਾ। ਇਹ ਖੈਰ ਇੱਕ ਗੱਲ ਬਣਾਈ ਹੋ ਸਕਦੀ ਹੈ, ਬਣਾਈ ਐਸੀ ਗੱਲ ਹੋ ਨਹੀਂ ਸਕਦੀ, ਖਾਸ ਤੌਰ 'ਤੇ ਅਗਰ ਅਸੀਂ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡ ਦੇ ਵਿੱਚ ਤਾਂ ਕਿਸੇ ਦੂਰ ਨੇੜੇ ਵੀ ਕੋਈ ਡੈਥ ਹੋ ਜਾਂਦੀ ਹੈ ਤਾਂ ਵੀ ਬੰਦੇ ਸਾਰੇ ਭੱਜ ਕੇ ਜਾਂਦੇ, ਸਾਰੇ ਕੰਮ ਕਾਰ ਛੱਡ ਕੇ ਜਾਂਦੇ, ਪਰ ਇੱਕ ਪੁਲਿਸ ਦੀ ਇੱਕ ਆਦਤ ਦੀ ਗੱਲ ਜਿਹੜੀ ਕੀਤੀ ਹੈ, ਇੱਕ ਨਸ਼ੇ ਦੀ ਗੱਲ ਕੀਤੀ ਹੈ, ਉਹ ਇਹਦੇ 'ਚ ਉਹਨਾਂ ਨੇ ਵਿਅੰਗ ਕਿਸੇ ਨੇ ਬਣਾਉਣ ਵਾਲੇ ਨੇ ਜਾਂ ਦੱਸਣ ਵਾਲੇ ਨੇ ਇਹਦੇ 'ਚ ਪਾਇਆ ਵੀ ਜੇ ਪੁਲਿਸ ਇੰਨਾ ਮਾੜਾ, ਇਹੀ ਪੁਲਿਸ, ਇਹੀ ਚਸਕਾ, ਇਹੀ ਚੇਟਕ, ਇਦੋਂ ਵੀ ਕਿਤੇ ਵੱਧ ਅੱਜ ਕੱਲ੍ਹ ਮੋਬਾਈਲ ਫੋਨਾਂ ਦੀ ਹੈਗੀ ਆ। ਪਰ ਆਪਾਂ ਜਿਸ ਵਿਸ਼ੇ 'ਤੇ ਗੱਲ ਕਰਨੀ ਆ, ਆਪਾਂ ਮੋਬਾਈਲ ਫੋਨਾਂ ਦੀ ਅੱਜ ਗੱਲ ਨਹੀਂ ਕਰਨੀ, ਗੱਲ ਨਸ਼ਿਆਂ ਦੀ ਹੀ ਕਰਨੀ ਆ। ਨਸ਼ੇ ਜਿਹੜੇ ਸੱਚੀ ਮੁੱਚੀ ਦੇ ਆ, ਸਿਆਣੇ ਕਹਿੰਦੇ ਵੀ ਜਿਹੜੇ ਕਈ ਨਸ਼ੇ ਜਿਹੜੇ ਹੈਗੇ ਨੇ ਉਹ ਛੱਡੇ ਜਾ ਸਕਦੇ ਨੇ, ਕਈ ਛੱਡਣੇ ਬਹੁਤ ਔਖੇ ਨੇ। ਜਿਵੇਂ ਭੁੱਕੀ ਖਾਣ ਦੀ ਕਿਸੇ ਨੂੰ ਆਦਤ ਸੀ, ਜਦੋਂ ਅਸੀਂ ਪ੍ਰੋਗਰਾਮ ਕਰਨ ਜਾਂਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਭਗਵੰਤ ਮਾਨ ਦੇ ਨਾਲ, ਤਾਂ ਕਿਸੇ ਨੂੰ ਭੁੱਕੀ ਖਾਣ ਦੀ ਆਦਤ ਸੀ ਤਾਂ ਉਹ ਹਟੇ ਨਾ, ਅਤੇ ਉਹਨਾਂ ਨੇ ਇੱਕ ਕੀਤਾ, ਦੋ ਦਿਨ ਖਸਖਸ ਦੇ ਤੀ ਵੀ ਆਹ ਲੈ ਫੜ ਭੁੱਕੀ ਖਾ ਲਾ। ਉਹ ਮਾੜੀ ਮੋਟੀ ਇੱਕ ਅੱਧੀ ਵਾਰੀ ਖਾਧੀ ਤਾਂ ਮੁੜ ਕੇ ਫੇ ਉਹ ਲਿਟੀ ਜਾਵੇ, ਬੰਦਾ ਲਿਟੀ ਜਾਵੇ। ਉਹ ਕਹਿੰਦਾ ਹੁਣ ਕੀ ਹੋ ਗਿਆ, ਹੁਣ ਤਾਂ ਮਰਿਆ, ਭੁੱਕੀ ਤਾਂ ਦਿੱਤੀ ਹੈ, ਹੁਣ ਕੀ ਹੋ ਗਿਆ। ਉਹ ਕਹਿੰਦਾ ਖਸਖਸ ਉਹਨਾਂ ਜੋੜਾਂ 'ਚ ਕਾਹਨੂੰ ਜਾਂਦੀ ਹੈ ਜਿੱਥੇ ਭੁੱਕੀ ਜਾਂਦੀ ਹੈ। ਚਲੋ ਇਹਦੇ ਨਾਲ ਇੱਕ ਚਲੋ ਫਨੀ ਗੱਲ ਚੱਲੀ, ਤਾਂ ਇੱਕ ਉਹਦੀ ਹੋਰ ਸੁਣਾ ਕੇ ਤਾਂ ਫਿਰ ਮੈਂ ਅਸਲੀ ਵਿਸ਼ੇ ਵੱਲ ਆਊਂਗਾ, ਕਿਉਂਕਿ ਵਿਸ਼ਾ ਸੀਰੀਅਸ ਹੈ। ਜਦੋਂ ਵਿਸ਼ੇ ਦੀ ਗੱਲ ਆ ਗਈ ਤਾਂ ਫਿਰ ਆਪਣਾ ਇੱਧਰਲੇ ਪਾਸੇ ਗੇਅਰ ਨਹੀਂ ਪੈਣਾ। ਭਾਨਕਾ ਮੰਗਾ ਕਰੈਕਟਰ ਤੁਸੀਂ ਸਾਡੀਆਂ ਕੈਸਟਾਂ ਦੇ ਵਿੱਚ ਸੁਣਿਆ ਹੋਏਗਾ। ਨਵੇਂ ਨਵੇਂ ਅਸੀਂ ਜਦੋਂ ਹਿੱਟ ਜੇ ਹੋਏ ਕੈਸਟਾਂ, ਕੁਛ ਤਾਂ ਹਿੱਟ ਹੋਈਆਂ, ਅਤੇ ਵਿਜ਼ਿਟਿੰਗ ਕਾਰਡ 'ਚ ਪਾਏ ਬੜੇ ਵਧੀਆ। ਕੁਲਫੀ ਗਰਮਾ ਗਰਮ ਕੈਸਟ ਉਦੋਂ ਹਿੱਟ ਹੋਈ ਸੀਗੀ, ਅਤੇ ਨਵੇਂ ਨਵੇਂ ਕਾਰਡ ਆਏ ਸੀ ਪਲਾਸਟਿਕ ਵਾਲੇ ਜਿਹੜੇ ਪਾੜਦੇ ਨਹੀਂ ਸੀਗੇ। ਪਿੰਡ ਗਏ, ਪਿੰਡ ਭਾਨ ਕੇ ਮੰਗੇ ਨੂੰ ਕਾਰਡ ਤਾਂ ਦੇਖੋ ਮੰਗੇ, ਅਦੇ ਕਾਰਡ ਛਪਵਾਏ ਅਸੀਂ ਬੜੇ ਵਧੀਆ। ਕਹਿੰਦਾ ਕਾਰਡ ਦੇ ਦੇ ਯਾਰ ਮੈਨੂੰ, ਦੇ ਤੇ ਉਹਨੂੰ। ਅਗਲੀ ਵਾਰ ਜਦੋਂ ਗਏ ਤਾਂ ਕਹਿੰਦਾ ਵੀ ਭਗਵੰਤ ਯਾਰ ਮੈਨੂੰ ਕਾਰਡ ਜਿਹੜੇ ਸੀ ਨਾ ਤੂੰ ਦਿੱਤੇ ਉਦੋਂ ਤੇਰੇ, ਆਹ ਜਿਹੜੇ ਬਿਜ਼ਨਸ ਕਾਰਡ ਕਹਿੰਦੇ, ਵਿਜ਼ਿਟਿੰਗ ਕਾਰਡ ਕਹਿੰਦੇ, ਉਹ ਮੈਨੂੰ ਯਾਰ 15-20 ਹੋਰ ਦੇ ਕੇ ਜਾਈ। ਉਹ ਕਹਿੰਦਾ ਵੀ ਯਾਰ ਬੜੀ ਚੰਗੀ ਗੱਲ ਆ ਮੰਗੇ, 15-20 ਤੂੰ ਇਹਦਾ ਮਤਲਬ ਸਾਨੂੰ, ਸਾਡੇ ਕਾਰਡ ਵੰਡੇਗਾ ਲੋਕਾਂ ਦੇ ਵਿੱਚ, ਸਾਡੀ ਹੋਰ ਮਸ਼ਹੂਰੀ ਕਰੇਗਾ। ਉਹ ਕਹਿੰਦਾ ਨਹੀਂ ਵੰਡਣੇ ਤਾਂ ਕਾਹਨੂੰ ਆ, ਜਿਹੜੇ ਕਾਰਡ ਤੇਰੇ ਆ ਨਾ, ਇਹਨਾਂ ਭੁੱਖੀ ਬੜੀ ਵਧੀਆ ਖਾ ਹੁੰਦੀ ਆ, ਪਾੜਦੇ ਨਹੀਂ ਹੈਗੇ, ਉਹ ਕਈ ਦਿਨ ਚੱਲ ਜਾਂਦੇ, ਇਸ ਕਰਕੇ ਕਹਿੰਦਾ ਮੇਰੇ ਯਾਰ ਦੋਸਤ ਕਹਿੰਦੇ ਸਾਡੇ ਲਈ ਵੀ ਲਿਆ ਕੇ ਦੇ। ਚਲੋ ਇਹ ਗੱਲਾਂ ਬਾਤਾਂ ਸ਼ੁਗਲ ਮੇਲੇ ਦੀਆਂ ਹੈਗੀਆਂ, ਪਰ ਨਸ਼ਾ ਕਹਿੰਦੇ ਜਿਹਨੂੰ ਲੱਗ ਜਾਂਦਾ ਉਹ ਛੱਡਿਆ ਨਹੀਂ ਜਾਂਦਾ, ਖਾਸ ਤੌਰ 'ਤੇ ਸ਼ਰਾਬ ਦੀ ਵੀ ਅਸੀਂ ਜੇ ਗੱਲ ਕਰੀਏ, ਅਤੇ ਸ਼ਰਾਬ ਵੈਸੇ ਐਸਾ ਨਸ਼ਾ ਨਹੀਂ ਹੈ ਕਿ ਜਿਹਨੂੰ ਛੱਡਿਆ ਨਾ ਜਾ ਸਕੇ। ਸ਼ਰਾਬ ਵਾਸਤੇ ਜ਼ਿਆਦਾ ਮਿਹਨਤ ਕਰਨ ਦੀ, ਹਿੰਮਤ ਕਰਨ ਦੀ, ਮਿਹਨਤ ਕਰਨ ਦੀ ਲੋੜ ਨਹੀਂ, ਹਿੰਮਤ ਕਰਨ ਦੀ ਲੋੜ ਹੈ, ਪਰ ਫਿਰ ਵੀ ਜਿਹੜੇ ਪੀਂਦੇ ਆ ਉਹ ਨਹੀਂ ਛੱਡ ਸਕਦੇ। ਇੱਕ ਚੰਡੀਗੜ੍ਹ ਦੀ ਇਸੇ ਤਰ੍ਹਾਂ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਸਾਡੇ ਇੱਕ ਪੱਤਰਕਾਰ ਮਿੱਤਰ ਸੀਗੇ, ਅਤੇ ਉਹ ਕਾਫੀ ਖਾਣ ਪੀਣ ਦੇ ਸ਼ੌਕੀਨ ਸੀਗੇ,
ਅਤੇ ਉਹ ਆਪ ਹੀ ਦੱਸਦੇ ਨੇ ਬੜੀ ਮਾਣ ਦੇ ਨਾਲ ਮਹਿਫਲ ਦੇ ਵਿੱਚ ਬੈਠ ਕੇ ਆਪ ਹੀ ਦੱਸਦੇ ਨੇ ਬੜੇ ਟੌਹਰ ਦੇ ਨਾਲ ਵੀ ਮੇਰੇ ਨਾਲ ਭਰਾਵਾ ਇੱਦਾਂ ਹੋਈ, ਮੈਂ ਦਾਰੂ ਬਹੁਤ ਪੀਣ ਲੱਗ ਪਿਆ ਅਤੇ ਘਰੇ ਲੜਾਈ ਰਹਿਣ ਲੱਗ ਪਈ। ਭਰਜਾਈ ਤੁਹਾਡੀ ਮੈਨੂੰ ਘਰੇ ਨਾ ਵੜਨ ਦਿਆ ਕਰੇ, ਬੜਾ ਔਖਾ ਕੰਮ ਹੋਇਆ। ਅਖੀਰ ਉਹਨੇ ਕੀ ਕੀਤਾ ਵੀ ਦਰਵਾਜ਼ੇ ਦੇ ਵਿੱਚ ਇੱਕ ਮੋਰੀ ਕਰਤੀ। ਜਦੋਂ ਕਹਿੰਦੀ ਤੁਸੀਂ ਆਇਆ ਕਰੋਗੇ ਬੈਲ ਮਾਰਿਆ ਕਰੋ, ਮੈਂ ਅੰਦਰੋਂ ਹਾਂਜੀ ਕਿਹਾ ਕਰੂੰਗੀ, ਤੁਸੀਂ ਫੂਕ ਮਾਰਿਆ ਕਰੋ ਉਸ ਮੋਰੀ ਵਿੱਚ ਦੀ ਫੂਕ, ਜੇ ਤਾਂ ਮੈਨੂੰ ਤੁਹਾਡੀ ਫੂਕ ਦੇ ਵਿੱਚੋਂ ਦਾਰੂ ਦੀ ਸਮੈਲ ਨਾ ਆਈ ਤਾਂ ਮੈਂ ਦਰਵਾਜ਼ਾ ਖੋਲ੍ਹਣਾ, ਜੇ ਮੈਨੂੰ ਦਾਰੂ ਦੀ ਸਮੈਲ ਆ ਗਈ ਤਾਂ ਮੈਂ ਦਰਵਾਜ਼ਾ ਨਹੀਂ ਖੋਲ੍ਹਣਾ, ਜਿੱਥੇ ਮਰਜ਼ੀ ਧੱਕੇ ਖਾਓ। ਉਹ ਕਹਿੰਦਾ 5-7 ਦਿਨ ਤਾਂ ਔਖੇ ਸੌਖੇ ਲੰਘੇ ਅਤੇ ਨਹੀਂ ਰਹੇ ਹੋਏ, ਜਦੋਂ ਫਿਰ ਯਾਰਾਂ ਦੋਸਤਾਂ ਨਾਲ ਹਾਥੇ 'ਤੇ ਬੈਠ ਕੇ ਰੱਜ ਕੇ ਦਾਰੂ ਪੀਤੀ। ਦਾਰੂ ਪੀ ਕੇ ਸਕੂਟਰ ਹਾਥੇ 'ਤੇ ਖੜਾਇਆ, ਰਿਕਸ਼ਾ ਕੀਤਾ, ਉੱਥੋਂ ਰਿਕਸ਼ੇ ਵਾਲੇ ਨੂੰ ਲੈ ਕੇ ਘਰ ਆ ਗਏ। ਘਰ ਪਹੁੰਚੇ, ਰਿਕਸ਼ੇ ਵਾਲਾ ਕਹਿੰਦਾ, ਰਿਕਸ਼ੇ ਵਾਲੇ ਨੂੰ ਪੁੱਛਿਆ ਵੀ ਜੇ ਕਿੰਨੇ ਪੈਸੇ ਹੋ ਗਏ ਤੇਰੇ? ਉਹ ਕਹਿੰਦਾ ਬਾਪੂ ਜੀ 10 ਰੁਪਈਆ। ਕਹਿੰਦਾ ਵੀ ਆਹ ਲੈ ਫੜ, ਮੈਂ ਉਹਨੂੰ ਕਿਹਾ ਰਿਕਸ਼ੇ ਵਾਲੇ ਨੂੰ, ਆਹ ਲੈ ਫੜ 20 ਰੁਪਈਏ। ਉਹ ਕਹਿੰਦਾ ਬਾਬੂ ਜੀ 10 ਰੁਪਈਆ, ਬੋਲਾ 20 ਰੁਪਈਆ ਕਿਸ ਬਾਤ ਕਾ ਦੇ ਰਹੇ ਹੋ? ਉਹ ਕਹਿੰਦਾ ਕੁਛ ਨਹੀਂ ਕਰਨਾ, ਤੂੰ ਉੱਤਰ ਕੇ ਨਾ ਉਹ ਜਾ ਦਰਵਾਜ਼ੇ ਕੋਲ, ਘੈਂਟੀ ਲੱਗੀ ਹੈ, ਘੈਂਟੀ ਮਾਰੀ, ਜਦੋਂ ਅੰਦਰੋਂ ਆਵਾਜ਼ ਆਈ ਹਾਂਜੀ ਤਾਂ ਤੂੰ ਫੂਕ ਮਾਰ ਕੇ ਆ ਜਾਣਾ ਬਸ। ਅਤੇ ਉਹ ਕਹਿੰਦਾ ਵੀ ਇੱਦਾਂ ਫਿਰ ਆਪਾਂ ਰਿਕਸ਼ੇ ਵਾਲੇ ਕੋਲ ਫੂਕ ਮਰਵਾ ਕੇ ਆਈ ਗਏ। ਉਹਨੇ ਗੱਲ ਇੱਥੇ ਖਤਮ ਕਰਤੀ, ਪਰ ਅਸੀਂ ਉਹਨੂੰ ਅੱਗੇ ਕੈਸਟ ਦੇ ਵਿੱਚ ਪਾਇਆ ਸੀ, ਵਧਾਇਆ ਸੀ ਵੀ ਰਿਕਸ਼ੇ ਵਾਲੇ ਨੂੰ ਕਿਹਾ ਵੀ ਤੂੰ ਬੈਲ ਮਾਰਨੀ, ਅੰਦਰੋਂ ਆਵਾਜ਼ ਆਉਣੀ ਹਾਂਜੀ ਦੀ, ਤੂੰ ਫੂਕ ਮਾਰਨੀ ਹੈ, ਅਤੇ ਜਦੋਂ ਫੂਕ ਮਾਰ ਕੇ ਵਾਪਸ ਆਏ ਨਾ, ਪਰ ਰਿਕਸ਼ੇ ਵਾਲਾ ਗਿਆ, ਉਹਨੇ ਬੈਲ ਮਾਰੀ, ਅੰਦਰੋਂ ਆਵਾਜ਼ ਆਈ ਹਾਂਜੀ, ਰਿਕਸ਼ੇ ਵਾਲੇ ਨੇ ਫੂਕ ਮਾਰੀ, ਅੰਦਰੋਂ ਫੇਰ ਆਵਾਜ਼ ਆਈ ਵੀ ਮਰ ਜਾਣਿਆ, ਪਹਿਲਾਂ ਤਾਂ ਖਾਲੀ ਦਾਰੂ ਹੀ ਪੀਂਦਾ ਸੀ, ਹੁਣ ਬੀੜੀਆਂ ਵੀ ਪੀਣ ਲੱਗ ਪਿਆ, ਕਿਉਂਕਿ ਰਿਕਸ਼ੇ ਵਾਲੇ ਦੇ ਮੂੰਹ 'ਚੋਂ ਬੀੜੀ ਦੀ ਸਮੈਲ ਜਿਹੜੀ ਉਹ ਆਈ ਹੋਏਗੀ। ਚਲੋ ਜੀ, ਬ੍ਰੇਕ ਤੋਂ ਬਾਅਦ ਫਿਰ ਵਿਸ਼ੇ ਵੱਲ ਚੱਲਾਂਗੇ, ਜਿਹੜਾ ਵਿਸ਼ਾ ਨਸ਼ਿਆਂ ਨਾਲ ਸੰਬੰਧਿਤ ਹੈਗਾ ਇਹ ਮੈਂ ਤੁਹਾਨੂੰ ਦੱਸ ਦਿੱਤਾ, ਪਰ ਮੇਰੇ ਕੋਲ ਕੁਝ ਅੰਕੜੇ ਆਏ ਨੇ ਤਾਜ਼ੇ ਤਾਜ਼ੇ, ਉਹ ਤੁਹਾਡੇ ਨਾਲ ਸਾਂਝੇ ਕਰਾਂਗੇ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ, ਅਤੇ ਫਟਾਫਟ ਚੱਲਦੇ ਹਾਂ ਵਿਸ਼ੇ ਵੱਲ, ਅਤੇ ਨਾਲ ਦੀ ਨਾਲ ਗੱਲਬਾਤ ਜਿਹੜੀ ਹੈਗੀ ਆ ਫੋਨ ਕਾਲ ਕਰਕੇ ਜਿਹੜੀ ਤੁਸੀਂ ਕਰ ਸਕਦੇ ਹੋ ਹਮੇਸ਼ਾ ਦੀ ਤਰ੍ਹਾਂ। ਅੱਜ ਅਗਰ ਗੱਲ ਕਰੀਏ ਪੰਜਾਬ ਦੇ ਵਿੱਚ ਨਸ਼ਿਆਂ ਦੀ, ਗੱਲ ਸਿੱਧੀ ਸਿੱਧੀ ਗੱਲ ਇਹ ਹੈ ਕਿ ਸਰਕਾਰ ਕਹਿ ਰਹੀ ਆ ਕਿ ਪੰਜਾਬ 'ਚੋਂ ਨਸ਼ੇ ਖਤਮ ਹੋ ਗਏ, ਵਿਰੋਧੀ ਪਾਰਟੀਆਂ ਕਹਿ ਰਹੀਆਂ ਨੇ ਕਿ ਨਸ਼ੇ ਦੁੱਗਣੇ ਹੋ ਗਏ ਨੇ। ਪਰ ਮੈਂ ਤੁਹਾਨੂੰ ਦੱਸ ਦੇਵਾਂ ਵੀ 2017 ਦੇ ਵਿੱਚ ਇਹ ਸਰਕਾਰ ਆਈ ਸੀਗੀ ਜਿਹੜੀ, ਜਿਨ੍ਹਾਂ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਪਵਿੱਤਰ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਸਹੁੰ ਖਾਧੀ ਸੀ 4 ਹਫ਼ਤਿਆਂ ਵਿੱਚ ਨਸ਼ੇ ਖਤਮ ਕਰਨ ਦੀ। ਔਰ ਗੱਲ ਕਰੀਏ ਅਗਰ ਅਸੀਂ ਪੰਜਾਬ ਦੇ ਨੌਜਵਾਨੀ ਦੀ, ਨੌਜਵਾਨਾਂ ਦੀ, ਨਾਲ ਨਾਲ ਪੰਜਾਬ ਦੀ ਗੱਲ ਕਰੀਏ, ਤਾਂ ਜਿਹੜਾ ਬਾਬੇ ਨਾਨਕ ਦਾ ਫਲਸਫਾ ਸੀਗਾ ਉਹਦੇ ਤੋਂ ਕਿਤੇ ਦੂਰ ਹੁੰਦੇ ਜਾ ਰਹੇ ਹਾਂ ਅਸੀਂ, ਖਾਸ ਤੌਰ 'ਤੇ ਸਾਡੇ ਨੌਜਵਾਨ ਜਿਹੜੇ ਨੇ ਬਾਹਰਲੇ ਮੁਲਕਾਂ 'ਚ ਆ ਕੇ ਰਹਿੰਦੇ ਖੁੰਹਦੇ ਨਸ਼ਿਆਂ ਦੀ ਭੇਟ ਚੜ੍ਹ ਗਏ, ਤਾਂ ਕੁਝ ਇੱਕ ਪਰਮਾਤਮਾ ਦੀ ਕਿਰਪਾ ਨਾਲ ਜਾਂ ਚੰਗੇ ਕਰਮਾਂ ਕਰਕੇ ਬਚੇ ਹੋ ਸਕਦੇ ਆ। 2015 ਤੋਂ 2018 ਤੱਕ, 2017 'ਚ ਸਰਕਾਰ ਆਈ, 2015 ਤੋਂ 2017 ਤੱਕ, ਇਹਦਾ ਮਤਲਬ ਅਕਾਲੀ ਦਲ ਦੀ ਸਰਕਾਰ ਸੀ ਪੰਜਾਬ ਦੀ ਆਪਾਂ ਗੱਲ ਕਰ ਰਹੇ ਹਾਂ, 46,909 ਨਸ਼ਾ ਤਸਕਰ ਫੜੇ ਗਏ ਆ। 46,909 ਮਤਲਬ ਲਗਭਗ 47,000, ਇੰਨੇ ਫੜੇ ਜਾਣ ਦੇ ਬਾਵਜੂਦ ਨਸ਼ੇ ਫੇ ਉੱਦਾਂ ਹੀ ਵਿਖਦੇ ਰਹੇ। ਚਲੋ ਆਪਾਂ 17 ਦੀ ਗੱਲ ਛੱਡੋ, 18 ਦੀ ਗੱਲ ਕਰ ਲੈਂਦੇ ਹਾਂ, ਕੈਪਟਨ ਸਾਹਿਬ ਦੇ ਜਿਹੜੇ ਰਾਜ ਵੇਲੇ ਦੀ ਗੱਲ ਕਰ ਲੈਂਦੇ ਹਾਂ। 2018 ਦੇ ਵਿੱਚ ਸਿਰਫ 2199 ਕਿਲੋ, ਯਾਨੀ ਕਿ ਲਗਭਗ 22 ਕਿਲੋ ਗਾਂਜਾ ਫੜਿਆ ਗਿਆ, 127 ਕਿਲੋ ਫੀਮ ਫੜੀ ਗਈ ਹੈ, 481 ਕਿਲੋ ਹੈਰੋਇਨ ਫੜੀ ਗਈ ਹੈ, 57,400 ਕਿਲੋ, ਕੁਆਂਟਲ ਕਿੰਨੇ ਬਣ ਗਏ ਹਿਸਾਬ ਲਾ ਲਓ, ਚੂਰਾ ਫੜਿਆ ਗਿਆ, ਅਤੇ 35 ਲੱਖ ਦੇ ਕਰੀਬ ਜਿਹੜੇ ਨੇ, 35 ਲੱਖ ਰੁਪਏ ਮੁੱਲ ਦੇ ਕੈਪਸੂਲ ਜਿਹੜੇ ਉਹ ਫੜੇ ਗਏ ਨਸ਼ਿਆਂ ਵਾਲੇ 2018-18 ਦੇ ਵਿੱਚ। ਅਤੇ ਲਗਭਗ 20,000 ਕਰੋੜ ਦੇ, 20,000 ਕਰੋੜ ਮੂੰਹ ਭਰ ਜਾਂਦਾ ਇੰਨੇ ਪੈਸੇ ਲਈ ਨਾ ਲੈਂਦੇ ਹਾਂ, 20,000 ਕਰੋੜ ਦੇ ਮੁੱਲ ਦੇ ਨਸ਼ੇ ਜਿਹੜੇ ਨੇ ਉਹ ਫੜੇ ਗਏ ਨੇ। ਅਤੇ ਨਸ਼ੇ ਕਿਹਾ ਇਹ ਜਾਂਦਾ ਕਿ ਸ਼ੇਰ ਉੱਦਾਂ ਦੇ ਉੱਦਾਂ ਨੇ। ਅਕਸਰ ਇਹ ਸਵਾਲ ਉੱਠਦਾ, ਚਾਹੇ ਸਰਕਾਰ ਕੋਈ ਵੀ ਹੋਵੇ, ਸਵਾਲ ਇਹ ਉੱਠਦਾ ਕਿ ਨਸ਼ੇ ਅਗਰ ਸਰਕਾਰ ਚਾਹੇ ਤਾਂ ਰਾਤੋ ਰਾਤ ਬੰਦ ਕਰ ਸਕਦੀ, ਅਗਰ ਚਾਹੇ ਤਾਂ। ਪਹਿਲਾਂ ਵੀ ਗੱਲ ਕੀਤੀ ਹੈ ਵੀ ਜਦੋਂ ਕੋਡ ਆਫ ਕੰਡਕਟ ਲੱਗਦਾ 30 ਦਿਨ, ਉਦੋਂ ਕੋਈ
ਨਸ਼ਾ ਨਹੀਂ ਫੜਿਆ ਜਾਂਦਾ, ਕੋਈ ਨਸ਼ਾ ਵੇਚਦਾ ਨਹੀਂ ਹੈਗਾ, ਕੋਈ ਕਿਸੇ ਬੀਬੀ ਦੇ ਕੰਨਾਂ ਦੀਆਂ ਵਾਲੀਆਂ ਨਹੀਂ ਰਹਿੰਦੀਆਂ, ਕਿਸੇ ਦਾ ਮੋਟਰਸਾਈਕਲ ਨਹੀਂ ਖੋਹ ਹੁੰਦਾ, ਕਿਤੇ ਕੋਈ ਬਲਾਤਕਾਰ ਨਹੀਂ ਹੁੰਦਾ, ਅਤੇ ਕਿਤੇ ਕੋਈ ਜਿਹੜਾ ਹੋਰ ਇਸੇ ਤਰ੍ਹਾਂ ਦਾ ਇੰਸੀਡੈਂਟ ਆ ਉਹ ਨਹੀਂ ਹੁੰਦਾ ਉਹਨਾਂ ਦਿਨਾਂ ਦੇ ਵਿੱਚ। ਉਹਨਾਂ ਦਿਨਾਂ 'ਚ ਕਿਹੜਾ ਰੱਬ ਆ ਜਾਂਦਾ ਉੱਥੇ ਪੰਜਾਬ ਦੇ ਵਿੱਚ, ਜਾਂ ਕਿਹੜਾ ਉੱਪਰੋਂ ਕੋਈ ਹੋਰ ਆਤਮਾ ਹੋਰ ਸ਼ਖਸੀਅਤ ਆ ਜਾਂਦੀ ਹੈ, ਕੋਈ ਨਹੀਂ ਆਉਂਦੀ। ਉਦੋਂ ਸਿਰਫ ਇਹ ਹੁੰਦਾ ਕਿ ਲੋਕਾਂ ਦਾ ਜਿਹੜਾ ਫੋਨ ਹੈ ਉਹ ਨਹੀਂ ਕੋਈ ਆਉਂਦਾ ਪੁਲਿਸ ਵਾਲਿਆਂ ਨੂੰ ਕਿ ਮੈਂ ਫਲਾਨਾ ਲੀਡਰ ਬੋਲਦਾ ਵੀ ਭਾਈ ਮੇਰਾ ਬੰਦਾ ਛੱਡ ਦਿਓ, ਅਤੇ ਜਾਂ ਫਿਰ ਦੂਜਾ ਕਿ ਮੈਂ ਫਲਾਨਾ ਲੀਡਰ ਬੋਲਦਾ ਫਲਾਨਾ ਮੰਤਰੀ ਬੋਲਦਾ ਇਹ ਵਿਰੋਧੀ ਪਾਰਟੀ ਦਾ ਬੰਦਾ ਅਤੇ ਇਹਨੂੰ ਟੰਗ ਦਿਓ। ਅਤੇ ਇਹ ਜਿਹੜੀ ਗੱਲ ਹੈਗੀ ਆ, ਹੁਣ ਤੁਹਾਡੇ ਜਿਹੜੇ ਆਪਾਂ ਸਵਾਲ ਲੈਣੇ ਆ, ਤੁਹਾਡੇ ਜਿਹੜੇ ਜਵਾਬ ਗੱਲਾਂ ਬਾਤਾਂ ਕਰਨੀਆਂ ਉਹ ਇਹ ਕਰਨੀਆਂ ਕਿ ਸਰਕਾਰ ਕਹਿ ਰਹੀ ਹੈ ਕਿ ਨਸ਼ੇ ਖਤਮ ਹੋ ਗਏ ਤਕਰੀਬਨ, ਸਰਕਾਰ ਨੇ ਤਾਂ ਖੈਰ ਸਕੂਲ ਵੀ ਸਾਰੇ ਸਮਾਰਟ ਬਣਾ ਦਿੱਤੇ ਆ, ਕੋਈ ਐਸੀ ਗੱਲ ਨਹੀਂ ਕਾਗਜ਼ਾਂ ਦੇ ਵਿੱਚ, ਨਸ਼ੇ ਕਿੰਨੇ ਖਤਮ ਕਿੰਨੇ ਨਹੀਂ ਹੋਏ ਇਹ ਗੱਲ ਕਰਨੀ ਹੈ। ਤਾਂ ਤੁਸੀਂ ਕਿਹਦੇ ਨਾਲ ਸਹਿਮਤ ਹੋ, ਸਰਕਾਰ ਕਹਿ ਰਹੀ ਹੈ ਕਿ ਨਸ਼ੇ ਖਤਮ ਹੋ ਗਏ ਆ, ਵਿਰੋਧੀ ਪਾਰਟੀਆਂ ਕਹਿ ਰਹੀਆਂ ਕਿ ਨਸ਼ੇ ਉਦੋਂ ਵੱਧ ਗਏ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਨਸ਼ਾ ਹੈ ਕੀ ਆ। ਨਸ਼ਾ ਸਭ ਤੋਂ ਵੱਧ ਜਿਹੜਾ ਨੁਕਸਾਨ ਕਰਦਾ ਉਹਨੂੰ ਅਸੀਂ ਕਹਿੰਦੇ ਹਾਂ ਉਹ ਹੈਗਾ ਚਿੱਟਾ। ਦਾਰੂ ਸਿੱਕਾ ਜਿਹੜਾ ਉਹ ਸ਼ੁਰੂ ਤੋਂ ਚੱਲਿਆ ਆਉਂਦਾ, ਸਦੀਆਂ ਤੋਂ ਚੱਲਿਆ ਆਉਂਦਾ, ਘਰਾਂ 'ਚ ਲੋਕ ਕੱਢ ਕੇ ਪੀਂਦੇ ਪੂੰਦੇ ਸੀਗੇ ਅਤੇ ਉਹ ਵੀ ਕਿਸੇ ਹੱਦ ਤੱਕ ਠੀਕ ਸੀ, ਨੁਕਸਾਨ ਨਹੀਂ ਕਰਦੀ ਸੀ ਕਿਉਂਕਿ ਉਹਦੇ 'ਚ ਪਤਾ ਹੁੰਦਾ ਸੀ ਸਾਨੂੰ ਕੀ ਪਾਇਆ ਕੀ ਨਹੀਂ ਪਾਇਆ। ਅਤੇ ਅੱਜ ਕੱਲ੍ਹ ਬਹੁਤ ਸਾਰੇ ਸਾਡੇ ਲੀਡਰਾਂ ਦੀਆਂ ਸ਼ਰਾਬ ਦੀਆਂ ਫੈਕਟਰੀਆਂ ਜਿਹਨਾਂ ਨਾਂ ਵੀ ਸੱਭਿਆਚਾਰ ਅੱਗੇ ਰੱਖੇ ਨੇ, ਜੁਗਨੀ ਹੀਰ, ਇਹ ਸਾਡੇ ਲੀਡਰਾਂ ਦੀਆਂ ਫੈਕਟਰੀਆਂ ਨੇ, ਪੋਲੀਟੀਕਲ ਬੰਦਿਆਂ ਦੀਆਂ ਫੈਕਟਰੀਆਂ ਨੇ। ਅਤੇ ਉਹਦੇ 'ਚ ਇਹ ਨਹੀਂ ਪਤਾ ਕੀ ਪਾਉਂਦੇ ਕੀ ਨਹੀਂ ਪਾਉਂਦੇ, ਸਸਤੀ ਸ਼ਰਾਬ ਦੇਖ ਕੇ ਪਿੰਡਾਂ ਦੇ ਲੋਕ ਲੈ ਲੈਂਦੇ ਨੇ, ਅਤੇ ਉਦੋਂ ਬਾਅਦ ਜਦੋਂ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਉਹਦਾ ਕੀ ਅਸਰ ਹੁੰਦਾ ਅਤੇ ਉਦੋਂ ਬਾਅਦ ਕੀ ਹੁੰਦਾ। ਮੁੱਖ ਦੀ ਗੱਲ ਇਹ ਹੈ ਜੀ, ਆਪਾਂ ਕਾਲਾਂ ਵਾਲੇ ਪਾਸੇ ਚੱਲਦੇ ਹਾਂ। ਸਵਾਲ ਮੇਰਾ ਇਹ ਹੈ ਕਿ ਸਰਕਾਰ ਦਾ ਤੁਸੀਂ ਸਰਕਾਰ ਦੀ ਗੱਲ ਨਾਲ ਸਹਿਮਤ ਹੋ ਕਿ ਵਿਰੋਧੀਆਂ ਦੀ ਗੱਲ ਨਾਲ ਸਹਿਮਤ ਹੋ? ਜਿਹੜੇ ਮੈਂ ਅੰਕੜੇ ਦੱਸੇ ਨੇ ਉਹਦੇ ਹਿਸਾਬ ਨਾਲ ਤਾਂ ਕੋਈ ਕਿਤੇ ਅਸਰ ਨਸ਼ਿਆਂ ਦਾ ਨਹੀਂ ਲੱਗਦਾ। ਪੂਰੇ ਦੀ ਪੂਰੀ 509 ਕਿਲੋਮੀਟਰ ਦੀ ਉਹ ਰੋਡ ਜਿਹੜੀ ਹੈਗੀ ਆ ਉਹਦੇ 'ਤੇ ਨਸ਼ਾ ਸਪਲਾਈ ਹੁੰਦਾ, ਤਸਕਰੀ ਹੁੰਦਾ, ਔਰ ਨਸ਼ੇ ਸਪਲਾਈ ਕਰਨ ਦੇ ਤਰੀਕੇ ਕਮਾਲ ਦੇ। ਇੱਕ ਮੈਂ ਵੀਡੀਓ ਦੇਖ ਰਿਹਾ ਸੀਗਾ, ਵਿਆਹ ਦੇ ਕਾਰਡ ਛਪਵਾਏ ਨੇ ਜੀ ਕਿਸੇ ਨੇ, ਵਿਆਹ ਦੇ ਕਾਰਡ। ਹੁਣ ਵਿਆਹ ਦਾ ਕਾਰਡ ਕੌਣ ਚੈੱਕ ਕਰਦਾ ਵੀ ਕਿੱਥੇ ਕੀ ਹੁੰਦਾ? ਉਹ ਜਦੋਂ ਇੱਕ ਖੋਲਿਆ ਪਰਚਾ ਜਿਹਾ, ਉੱਤੇ ਲਿਖਿਆ ਜੀ ਆ ਫਲਾਨੀ ਤਰੀਕ ਨੂੰ ਵਿਆਹ ਅਤੇ ਫਲਾਨੀ ਤਰੀਕ ਨੂੰ ਜਾਗੋ ਅਤੇ ਫਲਾਨੀ ਤਰੀਕ ਨੂੰ ਫਲਾਨਾ, ਚਲੋ ਜੀ ਉਹ ਪਾਸੇ ਰੱਖਤਾ। ਦੂਜਾ ਕੱਢਿਆ, ਉੱਤੇ ਲਿਖਿਆ ਜੀ 9 ਤਰੀਕ ਨੂੰ ਰਿਸੈਪਸ਼ਨ ਆ, 9 ਤਰੀਕ ਨੂੰ ਉਹ, 9 ਤਰੀਕ ਨੂੰ ਇਹ, ਅਤੇ ਪਿਛਲਾ ਗੱਤਾ ਜਿਹਾ ਵਾ ਉਹ ਮੋਟਾ ਕਾਪੀ ਦੇ ਗੱਤੇ ਵਰਗਾ ਉਹਦਾ ਦੇਖਣ ਵਾਲਾ ਸੋਚਦਾ ਵੀ ਚਲੋ ਫੈਸ਼ਨ ਹੋਊਗਾ ਇਹਨਾਂ ਨੇ ਇੱਦਾਂ ਕੀਤਾ ਹੋਣਾ। ਅਤੇ ਪਰ ਜਦੋਂ ਉਹਦੀ ਤਹਿ ਖੋਲ੍ਹੀ ਤਾਂ ਉਹਦੇ ਵਿੱਚ ਚਿੱਟੇ ਦੀਆਂ ਪੁੜੀਆਂ ਜਿਹੜੀਆਂ ਉਹ ਭਰੀਆਂ ਹੋਈਆਂ ਸੀਗੀਆਂ। ਮੰਨ ਲਓ 100 ਕਾਰਡ ਕੋਈ ਲੈ ਕੇ ਜਾ ਰਿਹਾ, ਕਿਤੇ 300 ਕਾਰਡ ਗੱਡੀ ਦੇ ਵਿੱਚ ਰੱਖਿਆ ਅਤੇ ਪੁਲਿਸ ਵਾਲਿਆਂ ਨੇ ਛਾਪਾ ਮਾਰਿਆ, ਤਾਂ ਉਹਨਾਂ ਨੂੰ ਇਹ ਨਹੀਂ ਪਤਾ ਲੱਗਣਾ ਵੀ ਵਿਆਹ ਦੇ ਕਾਰਡ ਦੇ ਵਿੱਚ ਅੱਗੇ ਕੀ ਹੈ। ਹੁਣ ਪਹਿਲਾਂ ਤਾਂ ਉਹ ਕਹਿੰਦੇ ਵੀ ਵੈਸੇ ਸਪਲਾਈ ਕਰਦੇ ਸੀ, ਹੁਣ ਇਹੀ ਕਹਿੰਦੇ ਹੁਣ ਵੀ ਜਿਹੜੇ ਉਹਨੇ ਲੈਣ ਦਾ, ਭਾਈ ਵਿਆਹ ਦਾ ਕਾਰਡ ਇੱਕ ਮੈਨੂੰ ਵੀ ਦੇ ਦਿਓ ਜੀ, ਭੇਜ ਦਿਓ ਸ਼ਗਨ ਜਿਹੜਾ ਤੁਹਾਨੂੰ ਨਾਲ ਦੀ ਨਾਲ ਫੜਾ ਦਾਂਗੇ। ਇਹ ਚੀਜ਼ ਗੱਲਾਂ ਪਤਾ ਹੈਗੀਆਂ ਨੇ ਤੁਹਾਡੇ, ਇਹਦੇ ਬਾਰੇ ਕੀ ਵਿਚਾਰ ਆ? ਵਿਸ਼ਾ ਸੰਜੀਦਾ ਹੈਗਾ, ਚਲੋ ਕੋਈ ਨਹੀਂ ਕਰਦੇ ਹਾਂ ਗੱਲਬਾਤ, ਕੀ ਕਹਿਣਾ ਚਾਹੁੰਦੇ? ਹੈਲੋ, ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੱਲੀ ਵੀਰੇ ਜੀ। ਸਰਦਾਰ ਸੁਰਿੰਦਰ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ? ਅਸਲ 'ਚ ਬਿਜ਼ੀ ਰਹੀਦਾ ਸਟੂਡੀਓ ਦੇ ਵਿੱਚ ਅਤੇ ਬਾਹਲਾ ਮੈਨੂੰ ਲੱਗਦਾ ਵੀ ਕਾਹਲੀ ਕਾਹਲੀ ਦੇ ਵਿੱਚ ਹੀ ਅੱਜ ਕੱਲ੍ਹ ਪ੍ਰੋਗਰਾਮ ਕਰਨਾ ਪੈਂਦਾ। ਪੰਜਾਬ ਦੇ ਵਿੱਚ ਮੈਂ ਚਲੋ ਸਾਂਝੇ ਕਰਦੇ ਸਾਡੇ ਦਰਸ਼ਕਾਂ ਨਾਲ, ਕੀ ਕਹਿਣਾ ਚਾਹੁੰਦੇ ਹੋ? ਕਹਿਣਾ ਹੁਣ ਕੀ ਆ ਜੱਗੀ ਵੀ, ਪੰਜਾਬ ਤਾਂ ਜਿੱਦਾਂ ਉਹ ਕੋਈ ਜਿੱਦਾਂ ਹੁਣ ਸਾਡਾ ਮਕਾਨ ਆ ਉਹ ਉੱਪਰੋਂ ਖੜਾ ਆ, ਉਹ ਕੀਰਨ ਤਾਂ ਗੱਡ ਰਿਹਾ, ਉਹਦੇ ਬਾਜੋ ਛੱਤ ਆਪਣੇ ਭਾਰ ਨਾਲ ਖੜੀ ਆ, ਉਹਦੇ ਵਿੱਚ ਉਹਦਾ ਕੁਛ ਨੀ ਗੱਲ ਰਿਹਾ, ਸਭ ਕੁਛ ਹੈ ਨਾ। ਵਾਹ ਜੀ ਵਾਹ, ਵਾਹ ਜੀ, ਪੰਜਾਬ ਦੇ ਪੰਜਾਬ ਦੀ ਨੌਜਵਾਨੀ ਦਾ ਵੀ ਉਹ ਹਾਲ ਹੋ ਗਿਆ ਸਾਡੇ। ਹੁਣ ਮੈਂ ਚੰਡੀਗੜ੍ਹ ਦੀ ਗੱਲ ਦੱਸਦਾ, ਉਹ ਘੁਣ ਲੱਗ ਗਿਆ, ਬੜੇ ਵਧੀਆ ਕਾਬੋਰਡ ਬਣਾਏ, ਬੜੇ ਸੋਹਣੇ ਲੱਗਦੇ, ਪਰ ਘੁਣ ਲੱਗਿਆ ਅੰਦਰੋਂ, ਘੁਣ ਲੱਗਿਆ ਤੋ ਬੜੇ ਸੋਹਣੇ, ਕਦੇ ਕੋਈ ਪ੍ਰੋਬਲਮ ਨਹੀਂ। ਤੇ ਉਹ ਇੱਕ ਦਿਨ ਇਹ ਵਰਲਡ ਟ੍ਰੇਡ ਸੈਂਟਰ ਦੀਆਂ ਬਿਲਡਿੰਗਾਂ ਵਾਂਗੂ ਇੱਕ ਦਿਨ ਉਹ ਥੱਲੇ ਹੀ ਬਹਿ ਗਏ ਇੱਦਾਂ ਹੀ। ਇਹੀ ਹਾਲ ਡਰਦੇ ਭਰਾਵਾ, ਕਿਸੇ ਡਰਦੇ ਇਹਨੂੰ ਵਿੱਚ ਵੀ ਨਹੀਂ ਵਾਰਦੇ, ਉੱਪਰੋਂ ਛੱਤ ਦੇ ਪਈ ਤਾਂ ਸਾਰੇ ਮਰ ਜੂ ਇੱਥੇ ਲਿਆ, ਤੇ ਉਹ ਹਾਲ ਪੰਜਾਬ ਦਾ ਹੋ ਗਿਆ। ਮਾੜਾ ਜਿਹਾ ਹੋਲਡ ਰੱਖਿਓ, ਮਾੜਾ ਜਿਹਾ ਹੋਲਡ ਰੱਖਿਓ ਜੀ। ਹਾਂਜੀ ਸੁਰਿੰਦਰ ਸਿੰਘ ਜੀ, ਹਾਂਜੀ ਜੀ, ਕੀ ਕਹਿਣਾ? ਪਰ ਸਮਝਦੇ ਨਹੀਂ ਹੁਣ ਕੀ ਕੀਤਾ ਜਾਵੇ। ਕੈਪਟਨ ਨੇ ਤਾਂ ਬਿਲਕੁਲ ਹੀ ਬੇੜੀ ਬਿਠਾਲ ਦੀ, ਨੂੰ ਕਹਿੰਦੇ ਉਹਨਾਂ ਤੋਂ ਵੀ ਉੱਪਰ ਦੀ ਹੋ ਗਿਆ, ਤਾਂ ਮਤਲਬ ਕੋਈ ਗੱਲ ਧਰਦਾ ਨੀ ਕਿਸੇ ਪਾਸੇ, ਲਾਉਂਦਾ ਹੀ ਨੀ। ਪਰ ਇਹਨਾਂ ਨੂੰ ਭੁਲੇਖਾ ਕਹਿੰਦੇ ਚਿੱਟੇ ਦੇ ਵਪਾਰੀ, ਹਾਲੇ ਤੁਸੀਂ ਦੂਜਿਆਂ ਦੇ ਘਰਾਂ ਵਿੱਚ ਹਨੇਰਾ ਕਰੀ ਜਾਂਦੇ ਹੋ,
ਕਿਸੇ ਮਾਂ ਦਾ ਪੁੱਤ ਖੋਹੀ ਜਾਂਦੇ ਹੋ, ਕਿਸੇ ਭੈਣ ਦਾ ਵੀਰ ਖੋਹੀ ਜਾਂਦੇ ਹੋ, ਆਪਣੀਆਂ ਜੇਬਾਂ ਮਾਇਆ ਨਾਲ ਭਰੀ ਜਾਂਦੇ ਹੋ, ਪਰ ਜਦ ਅੱਕੇ ਹੋਏ ਲੋਕਾਂ ਦਾ ਹੜ ਵਗਣਾ ਹੈ ਤਾਂ ਉਸ ਹੜ ਨੇ ਤੁਹਾਡੀਆਂ ਜੜ੍ਹਾਂ ਪੁੱਟ ਦੇਣੀਆਂ ਨੇ ਤੇ ਤੁਸੀਂ ਦੋ ਵੇਲੇ ਦੀ ਰੋਟੀ ਦੇ ਵੀ ਤਰਸਦੇ ਫਿਰਨਾ ਹੈ, ਇਸ ਕਰਕੇ ਹਾਲੇ ਵੀ ਵੇਲਾ ਹੈ, ਸੰਭਲ ਜਾਓ ਚਿੱਟੇ ਦਾ ਵਪਾਰ ਛੱਡ ਕੇ, ਚਿੱਟੇ ਦਾ ਵਪਾਰ ਛੱਡ ਕੇ ਲੋਕ ਭਲਾਈ ਦਾ ਵਪਾਰ ਕਰੋ ਤਾਂ ਜੋ ਤੁਹਾਡੇ ਪਹਿਲੇ ਕੀਤੇ ਇੱਕ ਕਰਮ ਧੋ ਹੋ ਸਕਣ, ਤਾਂ ਜੋ ਤੁਹਾਡੇ ਪਹਿਲੇ ਕੀਤੇ ਇੱਕ ਕਰਮ ਧੋ ਹੋ ਸਕਣ। ਜੀ ਬਹੁਤ ਮਿਹਰਬਾਨੀ ਸੁਰਿੰਦਰ ਸਿੰਘ ਜੀ, ਬੜੀ ਮਿਹਰਬਾਨੀ, ਗੱਲਾਂ ਬਾਤਾਂ ਸਿਲਸਿਲਾ ਜਿਹੜਾ ਉਹ ਸ਼ੁਰੂ ਹੋ ਚੁੱਕਾ, ਇਸੇ ਤਰ੍ਹਾਂ ਬ੍ਰੇਕ ਤੋਂ ਬਾਅਦ ਵੀ ਜਾਰੀ ਰੱਖਾਂਗੇ। ਫਿਲਹਾਲ ਦੇਖਦੇ ਰਹੋ ਜਸ ਪੰਜਾਬੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ। ਗੱਲਬਾਤ ਚੱਲ ਰਹੀ ਆ ਪੰਜਾਬ ਦੇ ਵਿੱਚ ਨਸ਼ਿਆਂ ਦੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਖਤਮ ਹੋ ਗਏ ਨੇ ਜਾਂ ਫਿਰ ਵਿਰੋਧੀ ਸਹੀ ਨੇ ਕਿ ਨਸ਼ੇ ਖਤਮ ਨਹੀਂ ਹੋਏ? ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਧੀਰ ਸਾਹਿਬ। ਹਾਂ ਜੀ ਸਰਦਾਰ ਜਗਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਜੀ। ਤੁਸੀਂ ਅੱਜ ਜਿਹੜਾ ਵਿਸ਼ਾ ਚੁਣਿਆ ਇਹ ਬਹੁਤ ਹੀ ਗੰਭੀਰ ਆ, ਇਹਨੇ ਹਜ਼ਾਰਾਂ ਹੀ ਘਰ ਦੁਨੀਆਂ ਦੇ ਵਿੱਚ ਬਰਬਾਦ ਕਰ ਦਿੱਤੇ, ਲੱਖਾਂ। ਹਾਂਜੀ, ਨਸ਼ਾ ਇੱਕ ਇਹੋ ਜਿਹੀ ਚੀਜ਼ ਆ, ਇਹ ਪਹਿਲਾਂ ਤਾਂ ਦੇਖੋ ਅਫੀਮ ਹੁੰਦੀ ਸੀ, ਉਹਦੇ ਨਾਲ ਬੰਦਾ ਮਰਦਾ ਨੀ ਸੀ, ਉਹ ਸਗੋਂ ਹਿਸਾਬ ਨਾਲ ਖਾਂਦੇ ਸੀ ਤੇ ਕਹਿੰਦੇ ਸੀ ਵੀ ਜਿਵੇਂ ਅਟੈਕ ਵਗੈਰਾ ਹੁੰਦਾ ਦਰਗ ਦਾ ਤੇ ਉਹ ਵੀ ਉਹ ਤੋਂ ਵੀ ਬਚਾ ਸੀ, ਹਾਰਟ ਅਟੈਕ ਤੋਂ ਵੀ ਕਰ ਕੁਰ ਜਾਂਦੀ ਸੀ ਸ਼ਾਇਦ। ਮੈਂ ਆਪਣੇ ਟਾਈਮ ਦੇ ਵਿੱਚ ਅਫੀਮ ਜਿਹੜੀ ਹੁੰਦੀ ਸੀ ਪਹਿਲਾਂ ਇਹ ਸ਼ਰਾਬ ਦੇ ਠੇਕਿਆਂ ਤੋਂ ਵੀ ਮਿਲਦੀ ਹੁੰਦੀ ਸੀ। ਅੱਛਾ ਜੀ, ਕਿਹੜੇ ਸਾਲ ਦੀ ਗੱਲ ਹੋਏਗੀ ਇਹ? ਇਹ 1970 ਤੱਕ ਇਹ ਠੇਕੇ ਚੱਲਦੇ ਰਹੇ ਨੇ, ਆਈ ਮੀਨ ਮੇਰਾ ਮਤਲਬ 65-66 ਤੱਕ ਚੱਲਦੇ ਰਹੇ ਨੇ। ਠੀਕ ਹੈ ਜੀ, ਠੀਕ ਹੈ ਜੀ, ਹਾਂਜੀ। ਇਹ ਪ੍ਰਤਾਪ ਸਿੰਘ ਕੈਰੋਂ ਦੇ ਟਾਈਮ ਦੀ ਗੱਲ ਸੀ ਜੀ। ਤੇ ਹੁਣ ਤੁਸੀਂ ਦੇਖੋ ਇਹ ਜਿਹੜਾ ਚਿੱਟਾ ਨਸ਼ਾ, ਇਹਦੀ ਮੈਂ ਬੈਕਗਰਾਉਂਡ 'ਚ ਜਾਣਾ ਚਾਹੁੰਦਾ ਕਿ ਜਦੋਂ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦਾ ਰਾਜ ਹੁੰਦਾ ਸੀ ਨਾ, ਚਾਹੇ ਆਪਾਂ ਤਾਲਿਬਾਨ ਨੂੰ ਮਾੜੇ ਕਹੀਏ ਜਾਂ ਚੰਗੇ ਜੋਕਸ ਵੀ ਕਹੀਏ, ਪਰ ਤਾਲਿਬਾਨ ਨੇ ਉੱਥੇ ਇਹਦਾ ਇਹਦੀ ਜਿਹੜੀ ਫਸਲ ਹੁੰਦੀ ਆ ਉਹਦੀ ਪੈਦਾਵਾਰ ਨਹੀਂ ਸੀ ਹੋਣ ਦਿੱਤੀ। ਕਿਹੜੀ ਫਸਲ ਦੀ ਜੀ, ਦੁਬਾਰਾ ਦੱਸਿਓ? ਇਹਦੀ ਹਸ਼ੀਸ਼ ਜਿਹਨੂੰ ਚਿੱਟਾ ਕਹਿੰਦੇ ਆਪਾਂ, ਚਿੱਟੇ ਦੀ। ਅੱਛਾ ਅੱਛਾ ਅੱਛਾ। ਹਾਂ, ਇਹ ਅਫਗਾਨਿਸਤਾਨ ਦੇ ਵਿੱਚ ਇਹਨਾਂ ਨੇ ਤਾਲਿਬਾਨਾਂ ਨੇ ਜਿਹੜਾ ਕੁਛ ਕਰਦਾ ਸੀ ਉਹਨੂੰ ਉਸੇ ਵੇਲੇ ਸ਼ੂਟ ਕਰ ਦਿੰਦੇ ਸੀ। ਠੀਕ, ਅੱਛਾ ਜੀ। ਜਦੋਂ ਤਾਲਿਬਾਨ ਦੀ ਹਕੂਮਤ ਟੁੱਟ ਗਈ ਤੇ ਇਹ ਉੱਥੇ ਹੁਣ ਅਫਗਾਨਿਸਤਾਨ ਦੇ ਵਿੱਚ ਬੀਜੀ ਜਾਂਦੀ ਆ, ਬੜੀ ਤਾਦਾਦ ਦੇ ਵਿੱਚ ਬੀਜੀ ਜਾਂਦੀ ਆ, ਉੱਥੋਂ ਆ ਕੇ ਪਾਕਿਸਤਾਨ ਨੂੰ ਸਪਲਾਈ ਹੁੰਦੀ ਆ ਤੇ ਪਾਕਿਸਤਾਨ ਸਾਡੇ ਪੰਜਾਬ ਦੇ ਵਿੱਚ ਸੁੱਟਦਾ। ਹਾਂਜੀ, ਔਰ ਬੜੀ ਤਾਦਾਦ ਦੇ ਵਿੱਚ ਸੁੱਟਦਾ। ਅੱਛਾ, ਮੈਂ ਤੁਹਾਨੂੰ ਦੱਸਦਾ ਕਿ 1965 ਦੀ ਜਦੋਂ ਜੰਗ ਲੱਗੀ ਹੋਈ ਸੀ, ਮੈਂ ਰੇਡੀਓ ਪਾਕਿਸਤਾਨ ਲਾਹੌਰ ਸੁਣਦਾ ਹੁੰਦਾ ਸੀ। ਮੈਂ ਤੁਹਾਨੂੰ ਦੱਸਦਾ ਆਪਣੇ ਪੰਜਾਬ ਦੇ ਸਿੱਖਾਂ ਦੀ ਬਹਾਦਰੀ ਦੀ ਗੱਲ ਜੀ। ਉਸ ਵੇਲੇ ਪ੍ਰੈਜੀਡੈਂਟ ਅਯੂਬ ਖਾਨ ਦੀ ਮੈਂ ਇੱਕ ਸਪੀਚ ਸੁਣੀ ਰੇਡੀਓ ਪਾਕਿਸਤਾਨ ਲਾਹੌਰ ਤੋਂ, ਉਹ ਕਹਿ ਰਿਹਾ ਸੀ ਕਿ ਮੈਂ ਦੁਪਹਿਰ ਕੋ ਤੋ ਅੰਬਾਲੇ ਪਹੁੰਚ ਸਕਤਾ ਹੂੰ ਔਰ ਸ਼ਾਮ ਕੋ ਮੈਂ ਦਿੱਲੀ ਕੇ ਲਾਲ ਕਿਲੇ ਪਰ ਆਪਣਾ ਗਾਦੀ ਜੋ ਪਰਚਮ ਹੈ ਵੋ ਲਹਿਰਾ ਸਕਤਾ ਹੂੰ, ਪਰ ਮੇਰੀ ਮੁਸੀਬਤ ਯੇ ਹੈ ਕਿ ਜੇ ਜੋ ਪੰਜਾਬ ਨੇ ਮੈਂ ਬਾਰਡਰ ਕਰੋਸ ਕਰਤਾ ਹੂੰ, ਅਟਾਰੀ ਕਾ ਤੋ ਸਾਹਮਣੇ ਸ਼ੇਰ ਬੈਠਾ ਹੈ, ਉਸ ਸ਼ੇਰ ਵੋ ਸ਼ੇਰ ਮੁਝੇ ਆਗੇ ਨਹੀਂ ਬੜਨੇ ਦੇਤਾ। ਹਾਂਜੀ, ਉਹ ਗੱਲ ਬੜੀ ਮਸ਼ਹੂਰ ਹੋਈ ਸੀ ਵੀ ਸਿੱਖ ਜਿਹੜਾ ਵਾ ਸ਼ੇਰ ਬੈਠਾ ਉਹ ਅੱਗੇ ਨੀ ਵੱਧਦਾ, ਉਹ ਸ਼ੇਰ ਨੂੰ ਇਹਨਾਂ ਨੇ ਪਾਕਿਸਤਾਨ ਤੋਂ ਦੇਖੋ ਕਿੰਨੀ ਇਹ ਹਸ਼ੀਸ਼ ਜਾਂ ਚਿੱਟਾ ਆਉਂਦਾ, ਪਰ ਕਦੇ ਇੰਡੀਆ ਦੀ ਗੌਰਮੈਂਟ ਨੇ ਪਾਕਿਸਤਾਨ ਦੀ ਗੌਰਮੈਂਟ ਨਾਲ ਕਦੇ ਕੋਈ ਗੱਲ ਹੀ ਨੀ ਕੀਤੀ ਇਸ ਬਾਰੇ। ਮਤਲਬ ਚਾਹੁੰਦੀਆਂ ਨੀ ਜੀ ਸਰਕਾਰਾਂ ਪੰਜਾਬ ਦੀ ਹੋਵੇ ਚਾਹੇ ਕੁਛ ਵੀ ਹੋਵੇ, ਮਤਲਬ ਇਹੀ ਮੁੱਖ ਦੀ ਗੱਲ ਹੈਗੀ, ਕਿਉਂਕਿ ਇੰਡੀਆ ਦੇ ਪੰਜਾਬ ਦੇ ਲੀਡਰ ਇਹ ਆਪ ਹੀ ਧੰਦਾ ਕਰਦੇ ਨੇ ਜੀ, ਤੇ ਇਹ ਨਸ਼ਾ ਪਹਿਲਾਂ ਫ੍ਰੀ ਦੇ ਵਿੱਚ ਦਿੰਦੇ ਨੇ, ਜਿਵੇਂ ਅੰਗਰੇਜ਼ਾਂ ਨੇ ਚਾਹ ਫ੍ਰੀ ਚ ਦੇਣੀ ਸ਼ੁਰੂ ਕੀਤੀ ਸੀ, ਬਾਅਦ ਦੇ ਵਿੱਚ ਲੋਕੀ ਚਾਹ ਪੀਣ ਲੱਗ ਪਏ। ਬਿਲਕੁਲ ਜੀ, ਬਿਲਕੁਲ, ਬਹੁਤ। ਫਿਰ ਆਹਿਸਤਾ ਆਹਿਸਤਾ ਤੁਹਾਡੇ ਹੱਡਾਂ ਨੂੰ ਲੱਗ ਜਾਂਦੀ ਆ, ਪਰ ਇਹ ਤਾਂ ਏਡਾ ਭੈੜਾ ਚਿੱਟਾ ਕਿ ਤੁਹਾਡੇ ਆਪਣੇ ਧੀਆਂ ਪੁੱਤ ਮਾਂ ਬਾਪ ਦਾ ਕਤਲ ਕਰ ਦਿੰਦੇ ਨੇ ਜੀ। ਬਹੁਤ ਬਹੁਤ ਮਿਹਰਬਾਨੀ ਧੀਰ ਸਾਹਿਬ ਤੁਹਾਡਾ, ਵਧੀਆ ਜਾਣਕਾਰੀ, ਥੈਂਕ ਯੂ, ਬਹੁਤ ਮਿਹਰਬਾਨੀ ਜੀ, ਵਧੀਆ ਜਾਣਕਾਰੀ ਦੇਣ ਵਾਸਤੇ ਸਾਡੇ ਦਰਸ਼ਕਾਂ ਨੂੰ। ਗੱਲਬਾਤ ਤਾਂ ਜਾਣਕਾਰੀ ਦੀ ਨਹੀਂ ਹੈਗੀ, ਗੱਲਬਾਤ ਨਾਲ ਹੱਲ ਦੀ ਵੀ ਹੈਗੀ, ਹੱਲ ਇਹਦਾ ਕੀ ਹੋ ਸਕਦਾ ਜੇ ਪੰਜਾਬ ਦੀਆਂ ਸਰਕਾਰਾਂ ਦਾ ਇਹ ਹੱਲ ਹੈ ਤਾਂ ਅਸੀਂ ਕੀ ਹੱਲ ਕਰ ਸਕਦੇ ਹਾਂ, ਉਹ ਹੱਲ ਨਹੀਂ ਕਰਨਾ ਚਾਹੁੰਦੀਆਂ, ਕਰਦੀਆਂ ਨਹੀਂ ਹੈਗੀਆਂ, ਜਾਂ ਕੀ ਮਜਬੂਰੀ ਆ ਆਪਾਂ ਕਹਿ ਨਹੀਂ ਸਕਦੇ। ਇੱਕ ਤਾਂ ਇੱਕ ਦੂਜੇ ਸਿਰ ਦੋਸ਼ ਲਾਉਂਦੇ ਨੇ, ਕਰਦੇ ਕਰਾਉਂਦੇ ਕੁਛ ਨਹੀਂ ਹੈਗੇ, ਮੈਨੂੰ ਵੀ
ਮੈਂ ਵੀ ਕਿਸੇ ਇੱਕ ਪੁੱਛਿਆ ਕਿਸੇ ਕਾਂਗਰਸੀ ਸਰਕਾਰ ਦੇ ਲੀਡਰ ਨੂੰ, ਬੰਦੇ ਨੂੰ, ਖਾਸ PA ਸੀਗਾ, ਕਹਿੰਦਾ ਵੀ ਕੀ ਸੋਚਦੇ ਨੇ NRI ਲੋਕ ਕੈਪਟਨ ਬਾਰੇ। ਮੈਂ ਕਿਹਾ ਵੀ ਉਹਨਾਂ ਨੂੰ ਇਹ ਉਮੀਦ ਸੀਗੀ ਵੀ ਜਿਹੜੇ ਵੀ ਨਸ਼ਿਆਂ ਦੇ ਵਿੱਚ ਬੰਦਿਆਂ ਦੇ ਨਾਂ ਆਏ ਆ ਵੀ ਉਹਨਾਂ ਨੂੰ ਟੰਗ ਦੇਣਗੇ ਕੈਪਟਨ ਸਾਹਿਬ, ਜਿਵੇਂ ਪਹਿਲਾਂ ਕਹਿੰਦੇ ਸੀ ਖੂੰਡਾ ਫੇਰਨਾ ਅਤੇ ਖੂੰਡਾ ਫੇਰ ਦੇਣਗੇ, ਮਤਲਬ ਭਾਵ ਅੰਦਰ ਕਰ ਦੇਣਗੇ। ਅਤੇ ਉਹਦਾ ਕਿਉਂ ਜਵਾਬ ਸੀ ਵੀ ਇਹ ਉਹਨੇ ਕਰਨਾ ਨਹੀਂ, ਕਰਨਾ ਕਿਉਂ ਨਹੀਂ ਇਹ ਆਪਾਂ ਨੂੰ ਸਭ ਨੂੰ ਪਤਾ। ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਅਤੇ ਪਹਿਲਾਂ ਮੁਆਫ਼ੀ ਚਾਹੁੰਦੇ ਤੁਹਾਡੇ ਕੋਲ, ਬ੍ਰੇਕਾਂ ਥੋੜ੍ਹੀਆਂ ਜਿਹੀਆਂ ਲੰਬੀਆਂ, ਉਹਦਾ ਕਾਰਨ ਇਹ ਵੀ ਸਾਡੇ ਜਿਹੜੇ ਸਪੋਂਸਰਸ ਨੇ ਜਾਂ ਸਾਨੂੰ ਸਪੋਰਟ ਕਰਨ ਵਾਲੇ ਨੇ, ਉਹਨਾਂ ਦੀਆਂ ਵਧਾਈਆਂ ਜਿਹੜੀਆਂ, ਉਹਨਾਂ ਦੀਆਂ ਗ੍ਰੀਟਿੰਗ ਜਿਹੜੀਆਂ, ਉਹਨਾਂ ਦੀਆਂ ਵੈਲਵਿਸ਼ ਜਿਹੜੀਆਂ ਹੈਗੀਆਂ, ਤੁਹਾਡੀਆਂ ਸਭ ਦੀਆਂ ਕਹਿ ਲਓ, ਉਹ ਫਿਰ ਵਿੱਚ ਵਿੱਚ ਚੱਲਦੀਆਂ, ਇਸ ਕਰਕੇ ਬ੍ਰੇਕਾਂ ਥੋੜ੍ਹੀਆਂ ਲੰਬੀਆਂ। ਅਤੇ 5 ਤਰੀਕ ਤੱਕ ਇਹ ਸਾਡਾ ਸਾਥ ਦਿਓ, ਇਹਨਾਂ ਨੂੰ ਮਤਲਬ ਤੁਸੀਂ ਕਬੂਲੋ, ਇਉਂ ਕਹਿ ਲਓ, ਕਿਉਂਕਿ ਜਿਹੜਾ ਕੋਈ ਵੀ ਕੰਮ ਹੈ, ਕੋਈ ਵੀ ਐਡਾ ਵੱਡਾ ਸਟੂਡੀਓ ਖੜ੍ਹਾ ਕਰਨਾ, ਇਹ ਬਿਨਾਂ ਪੈਸੇ ਤੋਂ ਨਹੀਂ ਹੁੰਦਾ। ਅਤੇ ਪੈਸਾ ਜਿਹੜਾ ਉਹ ਸਾਡੇ ਸਪੋਂਸਰ ਜਿਹੜੇ ਹੈਗੇ ਨੇ, ਜਾਂ ਸਾਨੂੰ ਐਡ ਦੇਣ ਵਾਲੇ ਹੈਗੇ ਨੇ, ਜਾਂ ਸਾਡੀ ਵੈਸੇ ਸਪੋਰਟ ਕਰਨ ਵਾਲੇ ਨੇ, ਉਹਨਾਂ ਵੱਲੋਂ ਇਹ ਸਾਰਾ ਪੈਸਾ ਆਉਂਦਾ। ਸੋ ਇਸ ਕਰਕੇ ਇਹ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਭ ਦਾ, ਜਿਨ੍ਹਾਂ ਨੇ ਵੀ ਸਾਡੀ ਸਪੋਰਟ ਕੀਤੀ ਹੈ ਜਾਂ ਸਪੋਰਟ ਕਰ ਰਹੇ ਨੇ। ਕਾਲਾਂ ਲੈ ਲੈਂਦੇ ਇੱਕ ਦੋ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਰਾਜਕੁਮਾਰ ਜੀ। ਹਾਂਜੀ, ਕੀ ਹਾਲ ਆ? ਉਹ ਮਹਾਰਾਜ ਕਿਰਪਾ ਜੀ, ਤੁਸੀਂ ਭੁੱਲ ਹੀ ਗਏ ਸਾਨੂੰ ਹੈ ਜੀ। ਉਹ ਕਹਿੰਦੇ ਨੀ ਵੀ 2 ਘੁੱਟ ਦੁੱਧ ਬੱਲੇ ਯਾਰੀ ਛੱਡ ਕੇ ਬੱਕਰੀਆਂ ਵਾਲੇ ਹੈ। ਕੀ ਕਹਿਣਾ ਚਾਹੁੰਦਾ ਜੀ ਵਿਸ਼ੇ ਬਾਰੇ? ਆਜੋ 6 ਤਰੀਕ ਨੂੰ ਸਾਡੇ ਕੋਲੇ। ਮੈਂ ਬਹੁਤ ਖੁਸ਼ ਆ, ਬਹੁਤ ਖੁਸ਼ ਆ ਜੀ। ਰਿਆਜ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਕਹਿ ਦਿਓ, ਤੇ ਮੈਂ ਗੱਲ ਕਰ ਰਿਹਾ ਆਪਣੇ ਬੇਨਤੀ ਕੀਤੀ ਹੈ ਵੀ 5 ਤਰੀਕ ਤੱਕ ਬ੍ਰੇਕਾਂ ਥੋੜੀਆਂ ਲੰਬੀਆਂ ਰਹਿਣਗੀਆਂ ਸਾਰੇ ਪ੍ਰੋਗਰਾਮਾਂ ਦੇ ਵਿੱਚ। ਸੋ ਤੁਸੀਂ ਉਮੀਦ ਕਰਦੇ ਹਾਂ ਜ਼ਰੂਰ ਆਨੰਦ ਮਾਣਦੇ ਹੋਵੋਗੇ, ਖਾਸ ਤੌਰ 'ਤੇ ਤੁਹਾਡਾ ਸਹਿਯੋਗ ਜਿਹੜਾ ਉਹ ਸਾਡੇ ਵਾਸਤੇ ਬਹੁਤ ਵੱਡਾ ਆਕਸੀਜਨ ਦਾ ਕੰਮ ਕਰਦਾ। ਚਾਹੇ ਉਹ ਤੁਸੀਂ ਪੈਸੇ ਦੀ ਸਪੋਰਟ ਕਰਦੇ ਹੋ, ਪੈਸੇ ਦੀ ਸਪੋਰਟ ਤੋਂ ਭਾਵ ਆ ਜਿਹੜੇ ਸਾਨੂੰ ਐਡ ਦਿੰਦੇ ਨੇ, ਸਪੋਂਸਰਸ਼ਿਪ ਦਿੰਦੇ ਨੇ, ਜਾਂ ਫਿਰ ਸਾਡੇ ਸਟੂਡੀਓ ਦੇ ਵਿੱਚ ਵੈਸੇ ਕਿਸੇ ਵੀ ਤਰ੍ਹਾਂ ਦੀ ਮਦਦ ਕਰਦੇ ਨੇ, ਮੋਰਲ ਸਪੋਰਟ ਦਿੰਦੇ ਨੇ, ਸਾਰਾ ਕੁਝ ਵਿੱਚ ਆ ਜਾਂਦਾ। ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। 6 ਮਾਰਚ ਦਾ ਸਾਡੇ ਜਿਹੜਾ ਗ੍ਰੈਂਡ ਓਪਨਿੰਗ ਹੈ, ਨਾਲ ਦੀ ਨਾਲ ਜਿਹੜੀ ਐਨੀਵਰਸਰੀ ਹੈ ਸਾਡੀ, ਉਹ ਵੀ 1 ਮਾਰਚ ਨੂੰ ਹੁੰਦੀ ਹੈ, ਉਹ ਵੀ ਨਾਲ ਨਾਲ ਅਸੀਂ 6 ਮਾਰਚ ਨੂੰ ਹੀ ਸੈਲੀਬ੍ਰੇਟ ਕਰ ਰਹੇ ਹਾਂ। 13 ਸਾਲ ਸਾਡੇ ਪੂਰੇ ਜਿਹੜੇ ਹੋਣ ਜਾ ਰਹੇ ਆ, 13 ਸਾਲ, 13 ਹੀ 13 ਬਾਬੇ ਨਾਨਕ ਵਾਲੀ, 13 ਹੀ 13 ਤੁਹਾਡਾ ਆਸ਼ੀਰਵਾਦ, ਪਰਮਾਤਮਾ ਦੀ ਕਿਰਪਾ ਅਤੇ ਬੱਲੇ ਬੱਲੇ। ਅਖੀਰ ਦੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬੱਤ ਦਾ ਭਲਾ।